ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਸੱਥ ਟੈਲੀਵਿਜ਼ਨ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੇਰਾ ਨਾਮ ਹੈ ਅਮਨਦੀਪ ਸਿੰਘ ਅਤੇ ਮੇਰੇ ਨਾਲ ਨੇ ਗੁਰਜਿੰਦਰ ਸਿੰਘ ਭੰਗੂ, ਤੁਸੀਂ ਸਾਰੇ ਜਾਣਦੇ ਹੀ ਹੋ। ਅਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਬਾਰੇ ਅਤੇ ਪੰਜਾਬ ਦੇ ਮੁੱਦਿਆਂ ਬਾਰੇ। ਪੰਜਾਬ ਕੋਲ ਇੱਕ ਬਹੁਤ ਕੀਮਤੀ ਚੀਜ਼ ਹੈ ਜੋ ਕਿ ਹੈਗੀ ਹੈ ਪੰਜਾਬ ਦੀ ਜ਼ਮੀਨ, ਜਿਹਦੇ ਸਿਰ 'ਤੇ ਪੰਜਾਬ ਦਾ ਸਾਰਾ ਤਾਮਝਾਮ ਖੜਿਆ ਹੈ। ਅਤੇ ਜ਼ਮੀਨਾਂ 'ਤੇ ਅੱਜ ਕੱਲ੍ਹ ਪੰਜਾਬ ਦੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਚੱਲ ਰਹੇ ਨੇ, ਜਿਹਨੂੰ ਕਿ ਸਰਕਾਰ ਕਹਿ ਰਹੀ ਹੈ ਕਿ ਡਿਵੈਲਪ ਕਰ ਰਹੇ ਹਾਂ ਆਪਾਂ ਸੂਬੇ ਨੂੰ, ਅਤੇ ਜ਼ਮੀਨਾਂ ਅਕੁਆਇਰ ਕੀਤੀਆਂ ਜਾ ਰਹੀਆਂ ਨੇ। ਪੰਜਾਬ ਦੇ ਰੇਟ ਅਸਮਾਨ ਛੂ ਰਹੇ ਨੇ, ਲੱਖਾਂ ਦੀ ਅੱਜ ਕਰੋੜਾਂ 'ਚ ਕੀਮਤਾਂ ਜਾ ਰਹੀਆਂ ਪੰਜਾਬ ਦੀਆਂ ਜ਼ਮੀਨਾਂ ਦੀਆਂ, ਅਤੇ ਉਹਦੇ ਬਾਰੇ ਅਸੀਂ ਅੱਜ ਡਿਸਕਸ ਕਰਾਂਗੇ। ਅਤੇ ਮੈਂ ਗੁਰਜਿੰਦਰ ਬਾਈ ਨੂੰ ਪੁੱਛਣਾ ਚਾਹਾਂਗਾ, ਗੁਰਜਿੰਦਰ ਬਾਈ ਜੀ, ਜੋ ਪੰਜਾਬ 'ਚ ਇਸ ਟਾਈਮ ਸਥਿਤੀ ਹੈ, ਕਿਹੜੇ ਕਿਹੜੇ ਪੰਜਾਬ 'ਚ ਤੁਹਾਨੂੰ ਲੱਗਦਾ ਹੈ ਜਾਂ ਤੁਹਾਡੀ ਨਜ਼ਰ 'ਚ ਨੇ ਜਿਹੜੇ ਪ੍ਰੋਜੈਕਟ ਆ ਰਹੇ ਨੇ, ਅਤੇ ਉਹਨਾਂ ਦਾ ਪੰਜਾਬ ਦੀਆਂ ਜ਼ਮੀਨਾਂ 'ਤੇ ਕੀ ਅਸਰ ਹੋਊਗਾ, ਪੰਜਾਬ ਦੇ ਭਵਿੱਖ 'ਤੇ ਕੀ ਅਸਰ ਹੋਊਗਾ, ਇਹਦੇ ਬਾਰੇ ਥੋੜ੍ਹਾ ਜਿਹਾ ਡਿਸਕਸ ਕਰਦੇ ਹਾਂ ਆਪਾਂ, ਇਹਦੇ ਬਾਰੇ ਦੱਸੋ। ਜੀ ਬਿਲਕੁਲ, ਦੇਖੋ ਅਮਨਦੀਪ, ਕਿ ਜਿਹੜੇ ਪ੍ਰੋਜੈਕਟ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਜਾਂ ਆਉਣ ਵਾਲਾ ਜਿਹੜਾ ਸਰਕਾਰਾਂ ਦਾ ਰੋਡ ਮੈਪ ਹੈ ਜਾਂ ਫਿਰ ਕਾਰਪੋਰੇਟ ਦਾ ਰੋਡ ਮੈਪ ਹੈ ਕਿ ਜਿੱਥੇ ਜਿੱਥੇ ਵੀ ਜ਼ਮੀਨਾਂ ਨੇ ਅਸੀਂ ਉਹਨਾਂ ਥਾਵਾਂ ਨੂੰ ਡਿਵੈਲਪ ਕਰਾਂਗੇ। ਡਿਵੈਲਪ ਤੋਂ ਉਹਨਾਂ ਦਾ ਭਾਵ ਹੈਗਾ ਕਿ ਅਸੀਂ ਇੱਥੇ ਤਮਾਮ ਤਰੀਕੇ ਦੀਆਂ ਫੈਕਟਰੀਆਂ ਲੈ ਕੇ ਆਵਾਂਗੇ ਜਾਂ ਅਸੀਂ ਖੁਦ ਐਗਰੀਕਲਚਰ ਦੇ ਵਿੱਚ ਇਨਵੈਸਟ ਕਰਾਂਗੇ, ਖੇਤੀ ਅਸੀਂ ਕਰਾਂਗੇ। ਤੁਸੀਂ ਦੇਖੋ ਕਿ ਇਸ ਵੇਲੇ ਪੰਜਾਬ ਦੇ ਜਿਹੜੇ ਹਾਲਾਤ ਨੇ, ਜੇਕਰ ਆਪਾਂ ਇੱਕ ਇੱਕ ਕਰਕੇ ਗੱਲ ਕਰਨੀ ਹੋਵੇ, ਸਭ ਤੋਂ ਪਹਿਲਾਂ ਤਾਂ ਜੋ ਜੋ ਕੁਛ ਵੀ ਪੰਜਾਬ ਦੇ ਵਿੱਚ ਵਾਪਰ ਰਿਹਾ, ਖਾਸ ਕਰਕੇ ਖੇਤੀ ਸੈਕਟਰ ਦੇ ਵਿੱਚ, ਕਿਸਾਨੀ ਦੇ ਵਿੱਚ, ਇਹ ਸਭ ਕੁਛ ਸੁਭਾਵਿਕ ਨਹੀਂ ਹੈਗਾ। ਇਹਦੇ ਪਿੱਛੇ ਨੀਤੀਆਂ, ਰਣਨੀਤੀਆਂ ਕੰਮ ਕਰ ਰਹੀਆਂ ਨੇ। ਤੁਹਾਡੇ ਆਪਾਂ ਗੱਲ ਅੰਦੋਲਨ ਤੋਂ ਸ਼ੁਰੂ ਕਰਦੇ ਹਾਂ। ਤੁਹਾਡੇ ਯਾਦ ਹੋਊਗਾ ਕਿ ਜਦੋਂ 2020 ਦਾ ਸਾਲ ਸੀ, ਕਰੋਨਾ ਦਾ ਟਾਈਮ ਸੀ, ਉਦੋਂ 5 ਜੂਨ ਨੂੰ ਸਰਕਾਰ ਇੱਕ ਆਰਡੀਨੈਂਸ ਲੈ ਕੇ ਆਈ ਕਿ 3 ਜਿਹੜੇ ਨਵੇਂ ਕਾਨੂੰਨ ਨੇ ਉਹ ਉਹਨਾਂ ਕਾਨੂੰਨਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਕਿ ਆਹ ਕਾਨੂੰਨ ਨੇ, ਇਸ ਤਰੀਕੇ ਤੋਂ ਬਾਅਦ ਅੱਜ ਤੋਂ ਜਿਹੜੀ ਹੈਗੀ ਹੈ ਖੇਤੀ ਹੈ ਉਹ ਖੇਤੀ ਤੁਹਾਡੀ ਹੋਊਗੀ। ਉਹ ਇਹ ਜਿਹੜਾ ਅੰਦੋਲਨ ਸੀ ਉਹ ਅੰਦੋਲਨ ਦਾ ਇੱਕ ਵਿਆਪਕ ਰੂਪ ਬਣਿਆ। ਉਹ ਅੰਦੋਲਨ ਪੰਜਾਬ ਤੋਂ, ਹਰਿਆਣਾ ਤੋਂ ਸ਼ੁਰੂ ਹੋਇਆ, ਦਿੱਲੀ ਤੱਕ ਗਿਆ। ਦਿੱਲੀ ਤੋਂ ਬਾਅਦ ਕਿੰਨੇ ਹੀ ਸੂਬਿਆਂ ਦੇ ਵਿੱਚ ਅੰਦੋਲਨ ਚੱਲਿਆ ਉਹ, ਅਤੇ ਪੂਰੀ ਦੁਨੀਆ ਦੇ ਵਿੱਚ ਅੰਦੋਲਨ ਚੱਲਿਆ। ਹਾਲਾਂਕਿ ਜਦੋਂ ਪੰਜਾਬ ਦੇ ਵਿੱਚ ਅੰਦੋਲਨ ਸ਼ੁਰੂ ਹੋਇਆ ਜਾਂ ਫਿਰ ਹਰਿਆਣਾ ਦੇ ਨਾਲ ਸਪੋਰਟ ਰਹੀ, ਹਰਿਆਣਾ ਦੇ ਵਿੱਚ ਅੰਦੋਲਨ ਸ਼ੁਰੂ ਹੋਇਆ, ਤਾਂ ਉਦੋਂ ਨਾਲ ਨਾਲ ਕਿੰਨੇ ਹੀ ਸੂਬਿਆਂ ਦੇ ਵਿੱਚ, ਮਹਾਰਾਸ਼ਟਰ ਹੋ ਗਿਆ, ਰਾਜਸਥਾਨ ਹੋ ਗਿਆ ਜਾਂ ਫਿਰ ਯੂਪੀ ਹੋ ਗਿਆ, ਬਿਹਾਰ ਹੋ ਗਿਆ, ਇਹਨਾਂ ਥਾਵਾਂ ਦੇ ਉੱਪਰ ਵੀ ਉਹ ਅੰਦੋਲਨ ਚੱਲਿਆ। ਅਤੇ ਗੱਲ 'ਚ ਕੀ ਸੀ, ਰੌਲਾ ਕੀ ਸੀ, ਸਰਕਾਰ ਕਹਿੰਦੀ ਸੀ ਕਿ ਜਿਹੜੇ 3 ਕਾਨੂੰਨ ਅਸੀਂ ਲੈ ਕੇ ਆਏ ਹਾਂ ਇਹ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਨੇ। ਅਸੀਂ ਕਿਸਾਨਾਂ ਬਾਰੇ ਬੁਰਾ ਭਲਾ ਕਿਵੇਂ ਸੋਚ ਸਕਦੇ ਹਾਂ, ਜਿਹੜੇ ਕਿਸਾਨ ਆਗੂ ਗੱਲ ਕਰ ਰਹੇ ਨੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਇਹ ਲੋਕ ਆਪਣੀ ਰਾਜਨੀਤੀ ਕਰ ਰਹੇ ਨੇ। ਜਦੋਂ ਸੂਬੇ ਦੇ ਵਿੱਚ ਕਾਂਗਰਸੀ ਸਰਕਾਰ ਸੀ ਤਾਂ ਉਦੋਂ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਨੇ ਇਹਨਾਂ ਨੂੰ ਉਤਸ਼ਾਹਿਤ ਕੀਤਾ ਕਿ ਤੁਸੀਂ ਬੀਜੇਪੀ ਦੇ ਖਿਲਾਫ ਜਾ ਕੇ ਧਰਨਾ ਲਾਓ। ਇਹ ਬੀਜੇਪੀ ਦੇ ਲੀਡਰ ਸੀ ਜਿਹੜੇ ਗੌਰਮੈਂਟ ਆਫ ਇੰਡੀਆ ਦੇ, ਇਹ ਸਾਰੇ ਲੋਕ ਕਹਿੰਦੇ ਰਹੇ, ਪਰ ਕਿਸਾਨ ਇਸ ਗੱਲ 'ਤੇ ਅੜੇ ਰਹੇ। ਕਿਸਾਨ ਕਹਿੰਦੇ ਕਿ ਜਿਹੜੇ 3 ਕਾਨੂੰਨ ਨੇ, ਜਦੋਂ ਤੱਕ ਅਸੀਂ ਇਹਨਾਂ ਕਾਨੂੰਨਾਂ ਨੂੰ, 3 ਨੂੰ ਵਾਪਸ ਨਹੀਂ ਕਰਵਾ ਲੈਂਦੇ, ਉਦੋਂ ਤੋਂ ਲੈ ਕੇ ਅਸੀਂ ਪਿੱਛੇ ਮੁੜਨ ਵਾਲੇ ਨਹੀਂ ਹੈਗੇ। ਆਪਾਂ ਨੂੰ ਪਤਾ ਕਿ ਸਾਲ ਤੋਂ ਵੱਧ ਸਮਾਂ ਕਿਸਾਨ ਦਿੱਲੀ ਬੈਠੇ ਰਹੇ ਅਤੇ ਅਖੀਰ ਦੇ ਵਿੱਚ ਕੇਂਦਰ ਦੀ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨਣੀ ਪਈ, ਤਾਂ ਕੇਂਦਰ ਦੀ ਸਰਕਾਰ ਨੇ 3 ਜਿਹੜੇ ਕਾਨੂੰਨ ਸੀ ਉਹ ਕਾਨੂੰਨ ਵਾਪਸ ਲੈ ਲਏ। ਅਤੇ ਕੇਂਦਰੀ ਸਰਕਾਰ ਨਾਲੋਂ ਨਾਲ ਉਹਨਾਂ ਨੇ ਕਿਹਾ ਕਿ ਸਾਡੀ ਹੀ ਤਪੱਸਿਆ ਦੇ ਵਿੱਚ ਕਮੀ ਰਹਿ ਗਈ, ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ
ਕਿ ਸਾਡੀ ਹੀ ਤਪੱਸਿਆ ਦੇ ਵਿੱਚ ਕੋਈ ਕਮੀ ਰਹਿ ਗਈ, ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਪਾਏ। ਗੁਰੂ ਨਾਨਕ ਪਾਤਸ਼ਾਹ ਦਾ ਦਿਨ ਸੀ, ਕੱਲ੍ਹ ਨਿਕਲ ਕੇ ਹਟਿਆ ਗੁਰਪੁਰਬ, ਅਤੇ ਤਰੀਕ ਉਸ ਤਰੀਕ ਨੂੰ ਵਾਪਸ ਲੈ ਲਏ ਉਹ, ਅਤੇ ਉਸ ਤੋਂ ਬਾਅਦ ਜਿਹੜਾ ਚੈਪਟਰ ਸੀ ਇਹ ਚੈਪਟਰ ਸਮਾਪਤ ਨਹੀਂ ਹੋ ਗਿਆ। ਗੱਲ ਉੱਥੇ ਹੀ ਨਹੀਂ ਖੜੀ ਹੈਗੀ, ਆਪਾਂ ਜਿਹੜੀ ਗੱਲ ਹੈ ਸਾਰੀ ਆਪਣੀ ਕਿਸਾਨ ਜਥੇਬੰਦੀਆਂ ਦੇ ਰੈਫਰੈਂਸ 'ਤੇ ਹੋਊਗੀ ਕਿ ਜਥੇਬੰਦੀਆਂ ਕਿਸ ਤਰੀਕੇ ਨਾਲ ਦੇਖਦੀਆਂ ਨੇ ਤਿੰਨ ਕਾਨੂੰਨਾਂ ਨੂੰ, ਅਤੇ ਕਿਸਾਨ ਜਥੇਬੰਦੀਆਂ ਕਿਸ ਤਰੀਕੇ ਦੇ ਨਾਲ ਦੇਖਦੀਆਂ ਨੇ, ਜਾਂ ਕਿਸਾਨ ਆਗੂ ਨੇ ਉਹਨਾਂ ਦਾ ਕੀ ਨਜ਼ਰੀਆ, ਜੋ ਪੰਜਾਬ ਦੀਆਂ ਜ਼ਮੀਨਾਂ ਐਕੁਆਇਰ ਹੋ ਰਹੀਆਂ ਨੇ, ਪੰਜਾਬ ਦੇ ਵਿੱਚ ਪ੍ਰੋਜੈਕਟ ਜਿਹੜੇ ਬਣ ਰਹੇ ਨੇ। ਜਦੋਂ ਕੇਂਦਰ ਦੀ ਸਰਕਾਰ ਵਾਪਸ ਲੈ ਲੈਂਦੀ ਹੈ ਤਿੰਨੋਂ ਕਾਨੂੰਨਾਂ ਨੂੰ, ਕਿਸਾਨ ਉੱਥੋਂ ਵਾਪਸ ਆ ਜਾਂਦੇ ਨੇ, ਅਤੇ ਸਾਰਿਆਂ ਨੂੰ ਲੱਗਿਆ ਕਿ ਇਹ ਰੌਲਾ ਖਤਮ ਹੋ ਗਿਆ। ਹੁਣ ਜਿਹੜੇ ਤਿੰਨ ਕਾਨੂੰਨ ਨੇ ਕੇਂਦਰ ਦੀ ਸਰਕਾਰ ਨੇ ਵਾਪਸ ਲੈ ਲਏ, ਜਿਹੜੀ ਕਾਰਪੋਰੇਟ ਇਨਵੈਸਟ ਸੀ ਉਸ ਇਨਵੈਸਟ ਨੂੰ ਠੱਲ ਪੈ ਗਈ। ਗੱਲ ਹੈ ਜਿਹੜੀ ਇਹ ਗੱਲ ਅੱਗੇ ਨਹੀਂ ਵਧੂਗੀ, ਪਰ ਇਹ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ? ਵੈਸੇ ਤਾਂ ਜਦੋਂ ਦਾ ਲਿਬਰਲਾਈਜੇਸ਼ਨ ਦਾ ਦੌਰ ਸ਼ੁਰੂ ਹੁੰਦਾ 90 ਦੇ ਦਹਾਕਿਆਂ ਤੋਂ, ਉਦੋਂ ਦੀਆਂ ਸਾਰੀਆਂ ਨੀਤੀਆਂ ਰਣਨੀਤੀਆਂ ਇਹ ਬੁਣੀਆਂ ਗਈਆਂ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾਣਾ। ਜੋ ਸਰਕਾਰਾਂ ਨੇ ਉਹਨਾਂ ਦੀ ਭਾਸ਼ਾ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ, 2017 ਦੇ ਵਿੱਚ ਨੀਤੀ ਆਯੋਗ ਦੀ ਮੀਟਿੰਗ ਸੀ, ਬਾਅਦ ਦੇ ਵਿੱਚ ਫਿਰ ਕਈ ਕਿਸਾਨ ਆਗੂਆਂ ਨੂੰ ਇੰਨੇ ਵੀ ਇਸ ਬਾਰੇ ਦੱਸਿਆ, ਕਿੰਨੀ ਇੰਗਲਿਸ਼ ਦੇ ਪੇਪਰਾਂ ਦੇ ਵਿੱਚ ਛਪਿਆ, ਬੜਾ ਖੁਸ਼ ਹੋਇਆ। 2017 ਦੇ ਵਿੱਚ ਨੀਤੀ ਆਯੋਗ ਦੀ ਮੀਟਿੰਗ ਸੀ, ਉਸ ਮੀਟਿੰਗ ਦੇ ਵਿੱਚ ਨੀਤੀ ਆਯੋਗ ਦੇ ਅਧਿਕਾਰੀ ਵੀ ਸੀ, ਉਸ ਮੀਟਿੰਗ ਦੇ ਵਿੱਚ ਕਾਰਪੋਰੇਟ ਹਾਊਸ ਦੇ ਵੱਡੇ CEO ਵੀ ਸੀ, ਤਿੰਨ ਕਿਸਾਨ ਆਗੂਆਂ ਨੂੰ ਬੁਲਾਇਆ ਗਿਆ ਸੀ ਪੰਜਾਬ ਦੇ ਵਿੱਚੋਂ, ਬਲਵੀਰ ਸਿੰਘ ਰਾਜੇਵਾਲ ਹੋਰੀ ਗਏ ਸੀ। ਅਤੇ ਉਸ ਮੀਟਿੰਗ ਦੇ ਵਿੱਚ ਗੱਲ ਉੱਠੀ, ਇਹ ਇਸ ਉਸ ਮੀਟਿੰਗ ਦੇ ਵਿੱਚ ਚਰਚਾ ਹੋਈ ਕਿ ਜਿਹੜੀ ਦੇਸ਼ ਦੀ ਖੇਤੀ ਹੈ, ਇਸ ਖੇਤੀ ਦੇ ਵਿੱਚ ਖੜੋਤ ਆ ਗਈ, ਜੇਕਰ ਆਪਾਂ ਇਸ ਖੇਤੀ ਦੀ ਖੜੋਤ ਨੂੰ ਤੋੜਨਾ ਚਾਹੁੰਦੇ ਹਾਂ ਤਾਂ ਕਾਰਪੋਰੇਟ ਇਨਵੈਸਟ ਜ਼ਰੂਰੀ ਹੈ ਖੇਤੀ ਦੇ ਵਿੱਚ। ਅਤੇ ਕਿਹਾ ਗਿਆ ਕਿ ਜੇਕਰ ਕਾਰਪੋਰੇਟ ਇਨਵੈਸਟ ਕਰਨਗੇ, ਕਾਰਪੋਰੇਟ ਦੀ ਜਿਹੜੀ ਸ਼ਰਤ ਹੋਊਗੀ ਉਹ ਸ਼ਰਤ ਹੋਊਗੀ ਕਿ ਕਿਸਾਨ ਖੇਤੀ ਦੇ ਵਿੱਚ ਦਖਲ ਨਹੀਂ ਦਊਗਾ। ਕਾਰਪੋਰੇਟ ਚਾਹੁੰਦਾ ਕਿ 8-8 ਹਜ਼ਾਰ ਦੇ 10-10 ਹਜ਼ਾਰ ਦੇ ਵੱਡੇ ਵੱਡੇ ਕਲੱਸਟਰ ਬਣਾ ਕੇ ਸਾਨੂੰ ਦਿਓ, ਅਸੀਂ ਉੱਥੇ ਖੇਤੀ ਕਰਾਂਗੇ। ਅਤੇ ਜੇਕਰ ਕਿਸਾਨ ਸਾਡੇ ਕੋਲ ਕੰਮ ਕਰਨਾ ਚਾਹੁੰਦਾ ਤਾਂ ਐਜ਼ ਏ ਇੱਕ ਉਹ ਮਜ਼ਦੂਰ ਸਰਵੈਂਟ ਸਾਡੇ ਕੋਲ ਕੰਮ ਕਰ ਸਕਦਾ, ਯਾਨੀ ਕਿ ਕਿਸਾਨ ਆਪਣੀ ਜ਼ਮੀਨ ਵੱਡੇ ਕਾਰਪੋਰੇਟ ਹਾਊਸਾਂ ਨੂੰ ਦੇ ਦੇ ਠੇਕੇ ਦੇ ਉੱਪਰ, ਅਤੇ ਉਹ ਕਾਰਪੋਰੇਟ ਹਾਊਸ ਕਰਨਗੇ ਖੇਤੀ ਪੰਜਾਬ ਦੀਆਂ ਜਾਂ ਹਰਿਆਣਾ ਦੀਆਂ ਦੇਸ਼ ਦੀਆਂ ਜ਼ਮੀਨਾਂ ਦੇ ਵਿੱਚ। ਫਿਰ ਜਿਹੜਾ ਕਿਸਾਨ ਹੈ ਉਹ ਵਿਹਲਾ ਹੋ ਗਿਆ ਖੇਤੀ ਤੋਂ, ਫਿਰ ਉਹ ਮਜ਼ਦੂਰੀ ਕਰ ਸਕਦਾ ਆਪਣੇ ਖੇਤ ਦੇ ਵਿੱਚ, ਉਹਨੂੰ ਫਿਰ ਮਜ਼ਦੂਰੀ ਮਿਲੂਗੀ। ਉਹਦਾ ਪਰਿਵਾਰ ਹੈ ਜਿਹੜਾ, ਉਹ ਵੀ ਆਪਣੇ ਪਰਿਵਾਰ ਸਮੇਤ ਖੇਤੀ ਦੇ ਵਿੱਚ, ਉਹ ਜਿਹੜੀ ਕਾਰਪੋਰੇਟ ਖੇਤੀ ਕਰ ਰਹੇ ਨੇ ਉਹਦੇ 'ਚ ਉਹ ਮਜ਼ਦੂਰੀ ਕਰ ਸਕਦਾ, ਯਾਨੀ ਕਿ ਦਿਹਾੜੀ ਕਰ ਸਕਦਾ ਉਸ ਜ਼ਮੀਨ ਦੇ ਉੱਪਰ। ਇਹ ਗੱਲ ਉੱਥੇ ਨਿਕਲ ਕੇ ਆਈ ਉਸ ਮੀਟਿੰਗ ਦੇ ਵਿੱਚ। ਪੰਜਾਬ ਤੋਂ ਬਲਵੀਰ ਸਿੰਘ ਰਾਜੇਵਾਲ ਹੋ ਰਹੀ ਸੀ, ਇਹਨਾਂ ਨੇ ਵੱਡੇ ਪੱਧਰ 'ਤੇ ਇਸ ਗੱਲ ਦਾ ਵਿਰੋਧ ਕੀਤਾ ਕਿ ਜੇਕਰ ਤੁਸੀਂ ਪੰਜਾਬ ਅਤੇ ਹਰਿਆਣਾ ਦੀਆਂ ਜ਼ਮੀਨਾਂ ਹੜੱਪਣਾ ਹੁਣ ਚਾਹੁੰਦੇ ਹੋ ਤਾਂ ਇਹ ਗੱਲ ਕਿਤੇ ਕੋਈ ਸੌਖਿਆਂ ਕੀਤੀ ਨਹੀਂ ਮੁੱਕਣੀ ਹੈਗੀ। ਉਸ ਤੋਂ ਬਾਅਦ 17, 18, 19, 20 ਦੇ ਵਿੱਚ ਤਿੰਨ ਜਿਹੜੇ ਕਾਨੂੰਨ ਸੀ ਉਹ ਕਾਨੂੰਨ ਕੇਂਦਰ ਦੀ ਸਰਕਾਰ ਨੇ ਲਾਂਚ ਕਰਤੇ। ਉਸ ਤੋਂ ਬਾਅਦ ਵੱਡਾ ਅੰਦੋਲਨ ਹੋਇਆ, ਤਿੰਨੋਂ ਖੇਤੀ ਕਾਨੂੰਨ ਵਾਪਸ ਹੋਏ, ਪਰ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਤੱਕ ਨਹੀਂ ਖੜਦੀਆਂ, ਉਹ ਕੇਂਦਰ ਸਰਕਾਰ ਤੋਂ ਵੀ ਅੱਗੇ ਜਾਂਦੀਆਂ ਨੇ। ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਹ ਕੇਂਦਰ ਸਰਕਾਰ ਦਾ ਇੱਕ ਰੂਟ ਸੀ, ਇਹ ਜਿਹੜਾ ਦੇਸ਼ ਦਾ ਕਾਰਪੋਰੇਟ ਹੈ ਜਾਂ ਫਿਰ ਦੁਨੀਆ ਦਾ ਜਿਹੜਾ ਕਾਰਪੋਰੇਟ ਹੈ ਉਹ BJP ਸਰਕਾਰ ਦਾ ਮੋਢਾ ਵਰਤ ਕੇ, ਕਿਉਂਕਿ ਅੱਜ ਕੇਂਦਰ ਦੇ ਵਿੱਚ BJP ਦੀ ਸੱਤਾ। ਨਾਲੋਂ ਨਾਲ ਕਿਸਾਨ ਆਗੂ ਕਹਿੰਦੇ ਨੇ ਕਿ ਜੇਕਰ ਉੱਥੇ BJP ਦੀ ਬਜਾਏ ABCD ਕੋਈ ਵੀ ਹੋਰ ਸਰਕਾਰ ਹੁੰਦੀ ਤਾਂ ਉਸ ਸਰਕਾਰ ਦਾ ਵੀ ਆਹੀ ਰਵੱਈਆ ਹੁੰਦਾ ਕਿਸਾਨਾਂ ਪ੍ਰਤੀ, ਆਹੀ ਐਕਸ਼ਨ ਹੁੰਦਾ ਕਿਸਾਨਾਂ ਪ੍ਰਤੀ,
ਜਿਹੜਾ ਐਕਸ਼ਨ ਅੱਜ ਬੀਜੇਪੀ ਨੇ ਲਿਆ। ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਸਿਰਫ ਕੇਂਦਰ ਦੇ ਵਿੱਚ ਸਰਕਾਰ ਹੋਣ ਦੇ ਬਾਵਜੂਦ ਬੀਜੇਪੀ ਦਾ ਮੋਢਾ ਵਰਤ ਕੇ ਜਾਂ ਬੀਜੇਪੀ ਨੂੰ ਆਪਣੀ ਇੱਕ ਨਾਲ ਪੋਲੀਟੀਕਲ ਸ਼ਕਤੀ ਮੰਨ ਕੇ ਕਾਰਪੋਰੇਟ ਜਿਹੜੇ ਘਰਾਣੇ ਨੇ ਉਹ ਜ਼ਮੀਨਾਂ ਹੜੱਪਣਾ ਚਾਹੁੰਦੇ ਨੇ ਦੇਸ਼ ਦੀਆਂ। ਜਿਹੜੀ ਇਨਵੈਸਟਮੈਂਟ ਸੀ, ਇਨਵੈਸਟਮੈਂਟ ਤਾਂ ਜਿਹੜੇ ਵੱਡੇ ਵੱਡੇ ਅੰਬਾਨੀ ਅਡਾਨੀ ਜਿਹੜੇ ਕਿਸਾਨ ਅੰਦੋਲਨ ਦੇ ਵਿੱਚੋਂ ਦੋ ਨਾਮ ਨਿਕਲ ਕੇ ਆਏ ਲੋਕਾਂ ਦੇ ਰੂਬਰੂ ਹੋਏ ਕਿ ਉਹ ਲੋਕ ਇਨਵੈਸਟ ਕਰਨਾ ਚਾਹੁੰਦੇ ਨੇ, ਪੰਜਾਬ ਦੀਆਂ ਜ਼ਮੀਨਾਂ ਹੜੱਪਣਾ ਚਾਹੁੰਦੇ ਨੇ। ਇੱਕ ਤਾਂ ਇਹ ਪੱਖ ਹੈ ਕਿ ਜਿਹੜੇ ਵੱਡੇ ਦੇਸ਼ ਦੇ ਘਰਾਣੇ ਨੇ ਉਹ ਲੋਕਾਂ ਦੀਆਂ ਜ਼ਮੀਨਾਂ ਲੈ ਲੈਣਗੇ, ਜ਼ਮੀਨਾਂ ਲੈ ਕੇ ਉਹ ਖੁਦ ਖੇਤੀ ਕਰਨਗੇ, ਅਤੇ ਜਿਹੜੇ ਪੰਜਾਬ ਦੇ ਲੋਕ ਫਿਰ ਆਪਣੀਆਂ ਜ਼ਮੀਨਾਂ ਤੋਂ ਵਿਹਲੇ ਹੋ ਜਾਣਗੇ, ਉਹ ਲੋਕ ਦਿਹਾੜੀ ਦੱਪਾ ਕਰਨਗੇ ਆਪਣੀਆਂ ਜ਼ਮੀਨਾਂ ਦੇ ਵਿੱਚ। ਇੱਕ ਤਾਂ ਇਹ ਪੱਖ ਹੈ ਇਹਦਾ, ਅਤੇ ਦੂਜਾ ਹੈਗਾ ਇਹਦਾ ਕਿ ਕਿਸਾਨ ਆਪਣੀਆਂ ਜ਼ਮੀਨਾਂ ਆਪ ਵੇਚ ਰਿਹਾ। ਆਪ ਦੇਖੋ ਉਹਦੇ ਕਈ ਹਾਲਾਤ ਨੇ ਆਪ ਵੇਚਣ ਦੇ। ਇੱਕ ਤਾਂ ਕੋਈ ਕਿਸਾਨ ਹੈ ਜਿਹੜਾ ਉਹਦਾ ਕੋਈ ਮਤਲਬ ਆਰਥਿਕ ਤੌਰ ਦੇ ਉੱਪਰ, ਫਾਈਨੈਂਸ਼ੀਅਲ ਤੌਰ ਦੇ ਉੱਪਰ ਉਹਨੂੰ ਕੋਈ ਦਿੱਕਤ ਹੈ, ਉਹ ਇਸ ਕਰਕੇ ਆਪਣੀ ਜ਼ਮੀਨ ਦੇ ਵਿੱਚੋਂ ਜ਼ਮੀਨ ਦਾ ਇੱਕ ਖੇਤ ਜਾਂ ਇੱਕ ਟੁਕੜਾ ਵੇਚ ਦਿੰਦਾ। ਇੱਕ ਤਾਂ ਉਹ ਪੱਖ ਹੈ। ਦੂਜਾ ਹੈਗਾ ਕਿ ਜਦੋਂ ਸਰਕਾਰਾਂ ਪ੍ਰੋਜੈਕਟ ਲਾਂਚ ਕਰਦੀਆਂ ਨੇ ਕਿ ਅਸੀਂ ਹੁਣ ਪੂਰੇ ਦੇਸ਼ ਦੇ ਵਿੱਚ ਕੋਰੀਡੋਰ ਬਣਾਉਣ ਜਾ ਰਹੇ ਹਾਂ, ਅਤੇ ਨਾਲੋ ਨਾਲ ਅਸੀਂ ਭਾਰਤਮਾਲਾ ਜਿਹੇ ਜਿਹੜੇ ਵੱਡੇ ਪ੍ਰੋਜੈਕਟ ਨੇ ਉਹ ਵੱਡੇ ਪ੍ਰੋਜੈਕਟ ਅਸੀਂ ਹੁਣ ਲਾਂਚ ਕਰ ਰਹੇ ਹਾਂ। ਇਸ ਤੋਂ ਇਲਾਵਾ ਰੇਲਵੇ ਦਾ ਇੱਕ ਵੱਡਾ ਉਦਯੋਗ ਹੈ ਦੇਸ਼ ਦੇ ਵਿੱਚ, ਕਿ ਰੇਲਵੇ ਵੀ ਹੁਣ ਆਪਣੇ ਵੱਡੇ ਪ੍ਰੋਜੈਕਟ ਲਾਂਚ ਕਰ ਰਿਹਾ, ਇੰਪਲੀਮੈਂਟ ਕਰ ਰਹੇ ਹਾਂ ਗਰਾਊਂਡ ਲੈਵਲ ਦੇ ਉੱਪਰ। ਜਿਵੇਂ ਆਪਾਂ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਕਿ ਥਾਂ ਥਾਂ ਖੁਸ਼ਕ ਬੰਦਰਗਾਹਾਂ ਬਣ ਰਹੀਆਂ ਨੇ, ਜਿਹਦੇ ਤਾਂ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਹੁਣ ਦੇਖੋ ਜਿਹੜੇ ਕਰੰਟ ਪ੍ਰੋਜੈਕਟ ਨੇ ਪੰਜਾਬ ਦੇ ਵਿੱਚ, ਵੈਸੇ ਤਾਂ ਕਈ ਚੱਲ ਰਹੇ ਨੇ, ਪਰ ਜਿਨ੍ਹਾਂ ਦਾ ਰੌਲਾ ਪਿਛਲੇ ਦਿਨ ਹੀ ਪਿਆ ਕਿਸਾਨ ਜਥੇਬੰਦੀਆਂ ਨੇ ਵੱਡੇ ਪੱਧਰ 'ਤੇ ਜਿਨ੍ਹਾਂ ਚੀਜ਼ਾਂ ਦਾ ਅਮਨ ਜੀ ਵਿਰੋਧ ਕੀਤਾ, ਉਹ ਸੀ ਭਾਰਤਮਾਲਾ ਪ੍ਰੋਜੈਕਟ। ਭਾਰਤਮਾਲਾ ਪ੍ਰੋਜੈਕਟ ਜਿਹੜਾ ਹੈਗਾ, ਜਿਸ ਨੂੰ ਕਿਹਾ ਜਾ ਰਿਹਾ ਕਿ ਇਹ ਟ੍ਰੇਡ ਰੂਟ ਹੈ, ਆਮ ਬੰਦੇ ਨਾਲ ਕੋਈ ਵਾਵਸਤਾ ਨਹੀਂ ਹੋਊਗਾ ਇਹਦਾ, ਆਪਣੇ ਹੀ ਕਾਨੂੰਨ ਹੋਣਗੇ, ਆਪਣੇ ਹੀ ਲਾਅ ਹੋਊਗਾ, ਜਿਵੇਂ ਉਹਦੇ 'ਤੇ ਕੋਈ ਟੋਲ ਪਲਾਜ਼ਾ ਨਹੀਂ ਹੋਊਗਾ, ਧਰਤੀ ਤੋਂ 20 ਤੋਂ 25 ਫੁੱਟ ਉਹ ਉੱਪਰ ਹੋਊਗਾ, ਅਤੇ ਕੋਈ ਇਹਦੇ 'ਤੇ ਆਮ ਜਿਹੜੀ ਕੰਪਨੀਆਂ ਨੇ ਇਹਨਾਂ ਦਾ ਕੋਈ ਪੈਟਰੋਲ ਪੰਪ ਨਹੀਂ ਹੋਊਗਾ, ਕੋਈ ਇਹਨਾਂ ਦਾ ਉੱਥੇ ਢਾਬਾ ਜਿਵੇਂ ਬਣਾ ਲੈਂਦੇ ਹਾਂ, ਕੋਈ ਹੋਰ ਕਿਸੇ ਨੇ ਰੈਸਟੋਰੈਂਟ ਖੋਲ੍ਹ ਲਿਆ, ਇਹ ਨਹੀਂ ਹੋਊਗਾ। ਜਿਹੜੀ ਦੇਸ਼ ਦੀ ਕੰਪਨੀ ਹੈ ਇਸ ਨੂੰ ਬਣਾ ਰਹੀ ਹੈ, ਯਾਨੀ ਕਿ ਟੋਪ ਘਰਾਣੇ ਦੀ ਉਹ ਕੰਪਨੀ ਹੈ, ਉਹ ਹੀ ਰੋਡ ਬਣਾਉਣਗੇ, ਬਜਰੀ, ਰੇਤਾ, ਮਿੱਟੀ, ਸੀਮੈਂਟ ਜੋ ਵੀ ਹੋਊਗਾ ਉਹ ਕੰਪਨੀ ਲੈ ਕੇ ਆਊਗੀ। ਜਦੋਂ ਰੋਡ ਤਿਆਰ ਹੋ ਗਿਆ ਉਹਨਾਂ ਦਾ ਹੀ ਇਹਦੇ 'ਤੇ ਟੋਲ ਪਲਾਜ਼ਾ ਲੱਗੂਗਾ, ਉਹਨਾਂ ਦਾ ਟੋਲ ਪਲਾਜ਼ਾ ਲੱਗੂਗਾ, ਉਸੇ ਕੰਪਨੀ ਦਾ ਪੈਟਰੋਲ ਪੰਪ ਲੱਗੂਗਾ, ਅਤੇ ਉਸੇ ਕੰਪਨੀ ਦੇ ਫੂਡ ਸਟਾਲ ਹੋਣਗੇ, ਉਹਨਾਂ ਦੇ ਵਾਸ਼ਿੰਗ ਸਟੇਸ਼ਨ ਹੋਣਗੇ। ਯਾਨੀ ਕਿ ਰਾਹਗੀਰ ਨੂੰ ਜਿਹੜੀ ਜਿਹੜੀ ਚੀਜ਼ ਦੀ ਲੋੜ ਪੈਣੀ ਹੈ ਉਹ ਸਿਰਫ ਇੱਕ ਕੰਪਨੀ ਦੀ ਹੋਊਗੀ, ਯਾਨੀ ਕਿ ਅੰਗਰੇਜ਼ਾਂ ਦੇ ਟਾਈਮ ਵਾਂਗ ਮਨੋਪਲੀ ਹੋ ਗਈ। ਹੋਰ ਕੋਈ ਇੱਕ ਅਧਿਕਾਰ ਹੋ ਗਿਆ ਕਿ ਜਿਹਦੇ ਕੋਲ ਪੈਸੇ ਦੀ ਪਾਵਰ ਹੈ, ਪੈਸੇ ਦੀ ਪਾਵਰ ਰਾਜਨੀਤਿਕ ਸ਼ਕਤੀ ਕਰਕੇ ਆਈ ਹੈ, ਅਤੇ ਉਸ ਬੰਦੇ ਦੀ ਮਨੋਪਲੀ ਹੈ, ਇਹ ਸਾਡਾ ਅਧਿਕਾਰ ਖੇਤਰ ਹੈ, ਇੱਥੇ ਦੇਸ਼ ਦਾ ਕੋਈ ਹੋਰ ਬਾਸ਼ਿੰਦਾ ਕੁਛ ਨਹੀਂ ਕਰ ਸਕਦਾ, ਕਿਉਂਕਿ ਸਾਡੇ ਕੋਲ ਤਾਕਤ ਹੈ, ਸਾਡੀ ਪਿੱਠ ਦੇ ਉੱਪਰ ਸਰਕਾਰ ਖੜੀ ਹੈ। ਇਹ ਸਾਰੀਆਂ ਚੀਜ਼ਾਂ ਨੇ, ਇਹ ਭਾਰਤਮਾਲਾ ਪ੍ਰੋਜੈਕਟ ਨੇ। ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਜਿਹੜੇ ਰੇਲਵੇ ਦੇ ਉਦਯੋਗ ਬਣ ਰਹੇ ਨੇ, ਹੁਣ ਕਹਿੰਦੇ ਨੇ ਕਿ ਰੇਲਵੇ ਪੈਸੇ ਦਿੰਦਾ, ਕਿ ਇੱਕ ਵੱਡੀ ਕਿਸਾਨਾਂ ਜਦੋਂ ਕਿਸਾਨਾਂ ਦੀ ਜ਼ਮੀਨ ਇਕੁਆਇਰ ਕਰ ਲੈਂਦਾ ਤਾਂ ਰੇਲਵੇ ਆਪਣੇ ਪ੍ਰੋਜੈਕਟ ਬਣਾਉਣ ਦੇ ਲਈ ਕਿਸਾਨਾਂ ਨੂੰ ਉਹ ਪੈਸੇ ਦਿੰਦੇ ਨੇ। ਹੁਣ ਕਿੰਨੀਆਂ ਖੁਸ਼ਕ ਬੰਦਰਗਾਹਾਂ ਬਣ ਰਹੀਆਂ ਨੇ ਪੰਜਾਬ ਦੇ ਵਿੱਚ, ਕਿੰਨੀਆਂ ਕਿੰਨੀਆਂ ਰੇਲਵੇ ਲਾਈਨਾਂ ਕੱਢੀਆਂ ਜਾ ਰਹੀਆਂ ਨੇ। ਹਾਲਾਂਕਿ ਰੌਲਾ ਤਾਂ ਪਹਿਲਾਂ ਇੱਥੇ ਤੱਕ ਪਿਆ ਕਿ ਜਿਹੜੇ ਸਾਈਲੋ ਪੰਜਾਬ ਦੇ ਵਿੱਚ ਬਣ ਰਹੇ ਨੇ, ਅੰਬਾਨੀ ਅਡਾਨੀ ਬਣਾ ਰਹੇ ਨੇ, ਖਾਸ ਕਰਕੇ ਅਡਾਨੀ ਹੋਰੀ,
ਉਹਨਾਂ ਦੀਆਂ ਜਿਹੜੀਆਂ ਸਾਰੇ ਉਹਨਾਂ ਨੂੰ ਕਨੈਕਟ ਕਰਨ ਦੇ ਲਈ ਰੂਟ ਨੇ, ਰਾਹ ਰਸਤੇ ਨੇ, ਉਹਨਾਂ ਨੂੰ ਰੇਲਵੇ ਦਿੱਤੀ ਗਈ, ਰੇਲਵੇ ਲਾਈਨ ਵਿਛਾਈ ਗਈ ਕਿਸਾਨ ਜਥੇਬੰਦੀਆਂ ਨੇ। ਇੱਥੇ ਤੱਕ ਇਲਜ਼ਾਮ ਲਾਏ, ਕਿੰਨੀਆਂ ਲੋਕਾਂ ਨੇ ਵੀਡੀਓ ਸ਼ੇਅਰ ਕੀਤੀਆਂ ਸੋਸ਼ਲ ਮੀਡੀਆ 'ਤੇ ਬਣਾ ਕੇ, ਯਾਨੀ ਕਿ ਉਹ ਰੇਲਵੇ ਜਿਹੜੀ ਸਰਕਾਰੀ ਹੈ ਸਾਡੇ ਦੇਸ਼ ਦੀ, ਉਹਨੂੰ ਤੁਸੀਂ ਪ੍ਰਾਈਵੇਟ ਕਿਸੇ ਦੇ ਹਿੱਤਾਂ ਦੇ ਲਈ ਕਿੱਦਾਂ ਵਰਤ ਸਕਦੇ ਹੋ, ਇੱਕ ਇੱਕ ਕੇਂਦਰ ਨੂੰ ਸਵਾਲ ਹੈ। ਅਤੇ ਹੁਣ ਕਿਸੇ ਦੀ ਅਮਨ ਜੀ 10 ਕਿੱਲੇ ਜ਼ਮੀਨ ਹੈ, ਤੁਸੀਂ ਅਗਲੇ ਨੂੰ 50 ਲੱਖ ਰੁਪਈਆ ਦੇ ਕੇ ਏਕੜ ਦਾ, ਉਹਦੇ ਤੁਸੀਂ ਜ਼ਮੀਨ ਦੇ ਵਿੱਚੋਂ ਰੇਲਵੇ ਲਾਈਨ ਕੱਢ ਦਿਓ, ਜਦੋਂ ਰੇਲਵੇ ਲਾਈਨ ਨਿਕਲ ਗਈ ਉਹਦੀ ਜ਼ਮੀਨ ਹੋ ਗਈ 2 ਫਾੜ, ਤਾਂ ਇਸਦਾ ਜਿਹੜਾ ਖਮਿਆਜ਼ਾ ਉਹ ਖਮਿਆਜ਼ਾ ਕਿਸਾਨ ਕਿਉਂ ਭੁਗਤੇ। ਇੱਦਾਂ ਹੀ ਤੁਸੀਂ ਰੋਡ ਮੰਨ ਕੇ ਚੱਲੋ, ਜਦੋਂ ਤੁਸੀਂ ਕਿਸੇ ਦੀ ਜ਼ਮੀਨ ਦੇ ਵਿੱਚੋਂ ਰੋਡ ਕੱਢ ਦੋਗੇ ਅਤੇ ਉਹਦੀ ਜ਼ਮੀਨ ਹੋ ਗਈ 2 ਫਾੜ, ਉਹ ਮਾਲਕ ਹੈ ਆਪਣੀ ਜ਼ਮੀਨ ਦਾ, ਅਤੇ ਇਸ ਚੀਜ਼ ਦਾ ਖਮਿਆਜ਼ਾ ਫਿਰ ਕਿਉਂ ਭੁਗਤੇ? ਰੋਡ ਇੱਕ ਤਾਂ ਇਹ ਵੀ ਗੱਲ ਹੁੰਦੀ ਹੈ ਕਿ ਇਹ ਮੰਗੇ ਕਿਹਨੇ ਨੇ ਰੋਡ, ਕਿਸੇ ਨੇ ਕਿਹਾ ਜਾ ਕੇ, ਅਤੇ ਦੂਜਾ ਆਮ ਬੰਦੇ ਨੂੰ ਇਹਨਾਂ ਦਾ ਕੀ ਫਾਇਦਾ, ਆਮ ਬੰਦੇ ਨੂੰ ਕੀ ਫਾਇਦਾ ਇਹਨਾਂ ਦਾ, ਆਮ ਬੰਦਾ ਕਿੱਥੇ ਵਰਤੂਗਾ ਇਹਨਾਂ ਚੀਜ਼ਾਂ ਨੂੰ? ਜੀ ਹਾਂਜੀ ਹਾਂਜੀ, ਉਹ ਚੀਜ਼ਾਂ ਹੋ ਗਿਆ, ਰੋਡ ਹੋ ਗਿਆ, ਰੇਲਵੇ ਹੋ ਗਿਆ, ਤੇ ਉੱਪਰ ਇੱਕ ਖੰਭਿਆਂ ਦੀ ਲਾਈਨ ਵੀ ਤਾਂ ਕੱਢ ਦਿੰਦੇ ਆ ਕਿਸਾਨਾਂ ਦੇ ਖੇਤਾਂ ਵਿੱਚੋਂ ਉਹ। ਨਹੀਂ ਦੇਖੋ, ਉਹ ਤਾਂ ਜਿਹੜੇ ਰੋਡ ਨੇ ਇਹਨਾਂ ਨੂੰ ਬਿਜਲੀ ਦੀ, ਦੇਖੋ ਜਿਹੜੇ ਰੋਡ ਨੇ ਇਹਨਾਂ ਨੂੰ ਬਿਜਲੀ ਦੀ ਜ਼ਰੂਰਤ ਹੈ, ਅਤੇ ਇੱਦਾਂ ਹੀ ਜਿਹੜੀ ਰੇਲਵੇ ਦੇ ਪ੍ਰੋਜੈਕਟ ਨੇ ਉਹਨਾਂ ਨੂੰ ਬਿਜਲੀ ਦੀ ਲੋੜ ਹੈ। ਹੁਣ ਇਹਨਾਂ ਨੂੰ ਇੰਟਰਲਿੰਕ ਕਰਨ ਦੇ ਲਈ ਦੋਨਾਂ ਨੂੰ ਉਹ ਹੋਊਗਾ ਕਿ ਇਹਨਾਂ ਦੇ ਵਿੱਚ ਵਿਚਾਲਿਓਂ ਬਿਜਲੀ ਦੀ ਲਾਈਨ ਨਿਕਲੂਗੀ, ਉਹ 400 KV ਹੋ ਸਕਦੀ ਹੈ, ਉਹ 220-220 KV ਲਾਈਨ ਹੈ ਜਿਹੜੀ ਉਹ ਹੋ ਸਕਦੀ ਹੈ। ਹੁਣ ਜਿੱਥੇ ਤਾਂ ਰੋਡ ਨਿਕਲਦਾ ਜਾਂ ਰੇਲਵੇ ਦੇ ਪ੍ਰੋਜੈਕਟ ਨੇ, ਖਾਸ ਕਰਕੇ ਰੋਡ, ਉਹ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਜਿਹੜਾ ਲੈਂਡ ਐਕੁਜੀਸ਼ਨ ਐਕਟ ਬਣਿਆ ਹੋਇਆ ਉਸ ਤਹਿਤ ਅਸੀਂ ਜ਼ਮੀਨ ਜਿਹੜੀ ਹੈਗੀ ਆ ਐਕਵਾਇਰ ਕਰਦੇ ਹਾਂ, ਕਿਸਾਨਾਂ ਨੂੰ ਅਸੀਂ ਕਰੋੜਾਂ ਦੇ ਵਿੱਚ ਪੈਸੇ ਦਿੰਦੇ ਹਾਂ, ਅਤੇ ਜਦੋਂ ਤੁਸੀਂ ਬਿਜਲੀ ਦੇ ਵੱਡੇ ਵੱਡੇ ਪੋਲ ਕਿਸਾਨਾਂ ਦੇ ਖੇਤਾਂ ਦੇ ਵਿੱਚ ਖੰਭੇ ਖੜ੍ਹੇ ਕਰ ਦਿੰਦੇ ਹੋ, ਉਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਜਿਹੜਾ 1885 ਦਾ ਇੰਡੀਅਨ ਟੈਲੀਗ੍ਰਾਫ ਐਕਟ ਹੈ ਅਸੀਂ ਇਸ ਅਧੀਨ ਲੈ ਰਹੇ ਹਾਂ ਕਿ ਅਸੀਂ ਕਿਹੜੇ ਤੁਹਾਡੀਆਂ ਜ਼ਮੀਨਾਂ ਐਕੁਆਇਰ ਕਰ ਰਹੇ ਹਾਂ, ਤੁਸੀਂ ਖੇਤੀ ਕਰ ਸਕਦੇ ਹੋ। ਜਾਂ ਤਾਂ ਤੁਸੀਂ ਕਿਸਾਨ ਨਾਲ ਐਗਰੀਮੈਂਟ ਕਰ ਲਓਗੇ 6 ਮਹੀਨੇ ਬਾਅਦ ਅਸੀਂ ਆਹ ਜਿਹੜਾ ਪੋਲ ਹੈ ਇੱਥੋਂ ਵੱਡਾ ਟਾਵਰ ਹੈ ਬਿਜਲੀ ਟਾਵਰ ਇਹਨੂੰ ਪੱਟ ਲਾਂਗੇ। ਹੁਣ ਜਦੋਂ ਤੁਸੀਂ ਵੱਡਾ ਟਾਵਰ ਖੜਾ ਕਰਤਾ ਤੇ ਤੁਸੀਂ ਕਹਿ ਰਹੇ ਹੋ ਕਿ ਜ਼ਮੀਨ ਵੀ ਤੁਹਾਡੀ ਅਸੀਂ ਨਹੀਂ ਲਈ, ਹੁਣ ਟਾਵਰ ਦੇ ਹੇਠਾਂ ਜੇਕਰ ਕਿਸੇ ਨੂੰ ਘਰ ਪਾਉਣਾ ਕਿਵੇਂ ਪਾ ਸਕਦਾ, ਜੇਕਰ ਕਿਸੇ ਨੇ ਬੋਰ ਕਰਾਉਣਾ ਕਿਵੇਂ ਕਰਾ ਸਕਦਾ, ਜੇਕਰ ਕਿਸੇ ਨੇ ਕੋਠਾ ਪਾਉਣਾ ਮੋਟਰ ਦਾ ਕਿਵੇਂ ਪਾ ਸਕਦਾ, ਕਿਸੇ ਨੇ ਆਪਣਾ ਫਾਰਮ ਹਾਊਸ ਖੋਲ੍ਹਣਾ, ਮੱਝਾਂ ਗਾਵਾਂ ਰੱਖਣੀਆਂ ਨੇ ਕਿਵੇਂ ਉਹ ਖੋਲ੍ਹ ਸਕਦਾ? ਪਰ ਤੁਸੀਂ ਥੱਲੇ ਕਹਿੰਦੇ ਜੀ ਬਾਗ ਨਹੀਂ ਕਰਦੇ, ਦਰਖਤ ਨਹੀਂ ਲਗਾ ਸਕਦੇ, ਕੁਛ ਵੀ ਜੀ ਸਭ ਦੀ ਮਨਾਹੀ ਜੀ, ਤੁਸੀਂ ਕੁਛ ਥੱਲੇ ਨਹੀਂ ਕਰ ਸਕਦੇ, ਫਿਰ ਕਿਸ ਅਧਿਕਾਰ ਨਾਲ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਕਿਹੜਾ ਤੁਹਾਡੀ ਜ਼ਮੀਨ ਇਕੁਆਇਰ ਕਰ ਲਈ, ਜਦੋਂ ਉਸ ਬੰਦੇ ਦੀ ਮਾਲਕੀਅਤ ਹੀ ਨਹੀਂ ਰਹੀ ਤਾਂ ਇਕੁਆਇਰ ਤੋਂ ਵੀ ਭੈੜੀ ਹੋ ਗਈ ਉਹ ਤਾਂ। ਬਿਲਕੁਲ, ਉਹ ਚੀਜ਼ਾਂ ਅੱਜ ਤੱਕ ਕਦੇ ਇਹਨਾਂ ਨੇ ਕਿੰਨੇ ਵਾਰ ਮੀਟਿੰਗ ਦੇ ਵਿੱਚ ਅਸੀਂ ਵੀ ਸਵਾਲ ਕੀਤਾ, ਕਦੇ ਚੀਜ਼ਾਂ ਉਹ ਕਲੀਅਰ ਨਹੀਂ ਹੋਈਆਂ। ਕਹਿ ਦਿੰਦੇ ਨੇ ਜੀ ਇਹ ਤਾਂ 1885 ਦਾ ਇੰਡੀਅਨ ਟੈਲੀਗ੍ਰਾਫ ਐਕਟ ਬਣਿਆ ਹੋਇਆ, ਕੀ ਹੁਣ ਦੇਸ਼ 1885 ਦੇ ਐਕਟ ਨਾਲ ਚੱਲੂਗਾ ਕਿ ਤੁਸੀਂ ਕੋਈ ਇੰਟਰੋਡਿਊਸ ਨਹੀਂ ਕਰ ਸਕਦੇ ਨਵਾਂ ਕਾਨੂੰਨ ਲਿਆ ਕੇ? ਕਿਸਾਨ ਵੀ ਤਾਂ ਇਸ ਦੇਸ਼ ਦੇ ਬਾਸ਼ਿੰਦੇ ਨੇ, ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੀ ਜਿਹੜੀ ਮਾਲਕੀਅਤ ਹੈ ਉਹ ਤੁਹਾਡੀ ਨਿਗਾਹ ਦੇ ਵਿੱਚ ਕੁਛ ਨਹੀਂ ਹੈਗੀ। ਸੋ ਅਮਨ ਜੀ ਇੱਕ ਇਹ ਵੱਡਾ ਸਵਾਲ ਹੈ। ਹੁਣ ਤੁਸੀਂ ਦੇਖੋ ਕਿ ਹੁਣ ਮੋਹਾਲੀ ਡਿਵੈਲਪ ਹੋਇਆ, ਚੰਡੀਗੜ੍ਹ ਡਿਵੈਲਪ ਹੋਇਆ, ਪੰਜਾਬ ਦੇ 20 ਤੋਂ ਵੱਧ 22 ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਫਸਿਆ, ਕਦੇ ਕਿਸੇ ਨੇ ਇਸ ਗੱਲ ਦਾ ਸਰਵੇ ਕੀਤਾ ਕਿ ਜਿਹੜੇ ਉੱਥੇ ਪਿੰਡ ਉਜਾੜੇ ਗਏ ਸੀ ਅੱਜ ਉਹ ਲੋਕ ਕਿੱਥੇ ਨੇ? ਮੋਹਾਲੀ ਦਾ ਕਦੇ ਕਿਸੇ ਨੇ ਸਰਵੇ ਕੀਤਾ ਕਿ ਮੋਹਾਲੀ ਦੇ ਵਿੱਚ ਜਿਹੜੇ ਉਹਨਾਂ ਸਮਿਆਂ ਦੇ ਵਿੱਚ ਅੱਜ ਤੋਂ 20-20 ਸਾਲ ਪਹਿਲਾਂ 2-2 ਕਰੋੜ ਦੇ ਕਿੱਲੇ ਵਿਕੇ ਸੀ, ਅੱਜ ਉਹ ਲੋਕ ਕਿੱਥੇ ਨੇ? ਜੀਰਕਪੁਰ ਤੋਂ ਲੈ ਕੇ ਪਟਿਆਲਾ ਜਿਹੜਾ ਇਕੁਆਇਰ ਹੋ ਰਿਹਾ, ਇਹਨਾਂ ਜਿਹੜੇ ਅੱਜ ਤੋਂ ਕੁਛ ਸਾਲ ਪਹਿਲਾਂ ਇਕੁਆਇਰ ਵੀ ਹੋ ਚੁੱਕੇ ਨੇ, ਕਦੇ ਸਰਵੇ ਹੋਇਆ ਇਸ ਗੱਲ ਦਾ ਕਿ ਉਹ ਲੋਕ ਅੱਜ ਕਿੱਥੇ ਨੇ?
ਇਹ ਜਿਹੜੇ ਸਰਕਾਰਾਂ ਦੇ ਪਲਾਨ ਨੇ, ਸਰਕਾਰਾਂ ਦੇਖੋ ਇੱਕ ਤਾਂ ਆਹੀ ਹੈ ਕਿ ਜ਼ਮੀਨ ਕਿਤੇ ਆਪਾਂ ਨੇ ਛੱਡਣੀ ਨਹੀਂ। 78 ਸਾਲ ਉਮਰ ਹੋ ਗਈ ਬਿਲ ਗੇਟਸ ਦੀ, ਜਿਹੜੇ ਕਹਿੰਦੇ ਨੇ ਕਿ ਮੇਰਾ ਜਿਹੜਾ ਫਿਊਚਰ ਹੈ ਉਹ ਫਿਊਚਰ ਖੇਤੀ ਦੇ ਵਿੱਚ ਹੈ। ਹੁਣ ਤੁਸੀਂ ਦੇਖੋ ਕਿ ਮਾਨਸਿਕਤਾ ਦੇਖੋ ਕਾਰਪੋਰੇਟ ਦੀ ਕੀ ਹੈ। 80 ਸਾਲ ਦੇ ਜਿਹੜੇ 80-80 90-90 ਸਾਲ ਦੇ ਬੰਦੇ ਨੇ ਉਹ ਕਹਿ ਰਹੇ ਨੇ ਕਿ ਮੇਰਾ ਫਿਊਚਰ ਖੇਤੀ ਦੇ ਵਿੱਚ ਹੈ। ਹੁਣ 90 ਸਾਲ ਦੇ ਬੰਦੇ ਦਾ ਕਿਹੜਾ ਫਿਊਚਰ ਹੋਊਗਾ ਬਿਲਕੁਲ ਜੀ? ਉਹਨਾਂ ਨੂੰ ਕੁਝ ਨਜ਼ਰ ਆ ਰਿਹਾ ਹੈ, ਇੱਧਰ ਜ਼ਮੀਨਾਂ ਦੇ ਵਿੱਚ ਕੁਝ ਨਜ਼ਰ ਆ ਰਿਹਾ ਹੈ। ਗੇਟਸ ਹੋ ਗਿਆ, ਹੋਰ ਵੀ ਮਾਰਕ ਜ਼ਕਰਬਰਗ ਹੋ ਗਿਆ, ਇਹੋ ਜਿਹੇ ਬੜੇ ਕਾਫੀ ਕਾਰੋਬਾਰੀ ਨੇ ਜਿਹੜੇ ਜ਼ਮੀਨਾਂ ਦੀ ਤਰਫ ਭੱਜ ਰਹੇ ਨੇ। ਹੁਣ ਪਤਾ ਨਹੀਂ ਕੀ ਦਿਖ ਰਿਹਾ ਉਹਨਾਂ ਨੂੰ ਜ਼ਮੀਨਾਂ 'ਚ। ਨਹੀਂ ਦੇਖੋ ਇੱਕ ਗੱਲ, ਜਦੋਂ ਆਪਾਂ ਹਿਸਟਰੀ ਪੜ੍ਹਦੇ ਹਾਂ ਨਾ ਪੁਰਾਣੇ ਸਮਿਆਂ ਦੀ, ਉਦੋਂ ਕੀ ਹੁੰਦਾ ਸੀ ਕਿ ਜਿਹਦੇ ਕੋਲ ਡੰਡਾ ਹੁੰਦਾ ਸੀ ਜਾਂ ਮਾਸ ਪਾਵਰ ਹੁੰਦੀ ਸੀ, ਉਹ ਉਸ ਮਾਸ ਪਾਵਰ ਦੇ ਨਾਲ ਡੰਡੇ ਦੇ ਨਾਲ ਲੋਕਾਂ ਨੂੰ ਮਤਲਬ ਦਬਾ ਕੇ ਰੱਖਦੇ ਸੀ, ਆਪਣੇ ਗੁਲਾਮ ਬਣਾ ਕੇ ਰੱਖਦੇ ਸੀ। ਫਿਰ ਉਸ ਤੋਂ ਬਾਅਦ ਰਿਆਸਤਾਂ ਆ ਗਈਆਂ, ਰਾਜਾ ਸ਼ਾਹੀ ਸਿਸਟਮ ਆ ਗਿਆ, ਪਹਿਲਾਂ ਕਬੀਲੇ ਹੁੰਦੇ ਸੀ ਕਿ ਜਿਹੜਾ ਬੰਦਾ ਤਗੜਾ ਹੁੰਦਾ ਸੀ ਜਿਹਦੇ ਕੋਲ ਪਾਵਰ ਹੁੰਦੀ ਸੀ ਉਹ ਲੋਕਾਂ ਨੂੰ ਦਬਾ ਕੇ ਰੱਖਦਾ ਸੀ। ਅੱਗੇ ਫਿਰ ਇੱਕ ਟੈਕਨੋਲੋਜੀ ਆ ਗਈ, ਥੋੜ੍ਹੀ ਬਹੁਤੀ ਸਮਾਂ ਬੀਤਿਆ ਅਤੇ ਥੋੜ੍ਹੀ ਬਹੁਤੀ ਐਜੂਕੇਸ਼ਨ ਆ ਗਈ, ਉਸ ਤਰੀਕੇ ਦੇ ਨਾਲ ਲੋਕਾਂ ਨੂੰ ਮੈਂਟਲੀ ਤੌਰ ਦੇ ਉੱਪਰ ਕੈਪਚਰ ਕਰਕੇ ਗੁਲਾਮ ਬਣਾਇਆ ਗਿਆ। ਜਿਵੇਂ ਖਾਸ ਕਰਕੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ, ਕਿਉਂਕਿ ਦੁਨੀਆ ਦਾ ਇੱਕ ਵੱਡਾ ਹਿੱਸਾ 98% ਜਿਹੜੇ ਲੋਕ ਯੂਜ਼ ਕਰਦੇ ਨੇ ਇੰਟਰਨੈਟ ਦਾ, 98% ਉਹਨਾਂ ਦੇ ਵਿੱਚੋਂ ਗੁਲਾਮ ਹੋ ਚੁੱਕੇ ਨੇ। ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਗੁਲਾਮ ਕਿਵੇਂ ਹੋ ਗਏ, ਉਹਦੇ 'ਤੇ ਵੀ ਖੈਰ ਆਪਾਂ ਕਦੇ ਗੱਲਬਾਤ ਕਰਾਂਗੇ। ਅਤੇ ਇੱਦਾਂ ਹੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ, ਕਿਸਾਨ ਜਥੇਬੰਦੀਆਂ ਦੇ ਰੈਫਰੈਂਸ ਨਾਲ ਗੱਲ ਕਰ ਰਹੇ ਹਾਂ, ਕਿਸਾਨ ਜਥੇਬੰਦੀਆਂ ਜੋ ਕਹਿੰਦੀਆਂ ਨੇ ਕਿ ਜਿੰਨੀ ਵੀ ਆਬਾਦੀ ਹੈ ਦੁਨੀਆ ਦੀ, ਰੋਟੀ ਤਾਂ ਹਰ ਇੱਕ ਬੰਦਾ ਖਾਂਦਾ, ਭੁੱਖੇ ਢਿੱਡ ਕੋਈ ਨਹੀਂ ਸੌਂਦਾ। ਜਿੱਥੋਂ ਅਨਾਜ ਪੈਦਾ ਹੋ ਰਿਹਾ, ਜੇ ਤੁਹਾਡਾ ਅਨਾਜ ਦੇ ਉੱਪਰ ਕੰਟਰੋਲ ਹੋ ਗਿਆ ਤਾਂ ਦੁਨੀਆ ਤੁਹਾਡੇ ਕਦਮਾਂ ਦੇ ਵਿੱਚ ਆਪ ਵਿੱਚ ਜਾਣੀ ਆ ਕੇ। ਮਸਲਾ ਸਾਰਾ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਨ ਦਾ ਹੈ ਕਿ ਜਿਹੜਾ ਅਨਾਜ ਹੈ ਸਾਡਾ ਅਨਾਜ ਦੇ ਉੱਪਰ ਕਬਜ਼ਾ ਹੋ ਜਾਵੇ। ਜਦੋਂ ਅਨਾਜ ਦੇ ਉੱਪਰ ਕਬਜ਼ਾ ਹੋ ਗਿਆ ਤਾਂ ਸਾਡਾ ਹਰ ਇੱਕ ਚੀਜ਼ ਦੇ ਉੱਪਰ ਕਬਜ਼ਾ ਹੋ ਜਾਊਗਾ। ਅੱਜ ਤੋਂ ਨਹੀਂ ਹੈ ਇਹ, ਹਾਲਾਂਕਿ ਜਦੋਂ ਤੋਂ ਦੁਨੀਆ ਚੱਲਦੀ ਆ ਰਹੀ ਹੈ, ਜਿੰਨੀ ਕੁ ਆਪਣੇ ਹਿਸਟਰੀ ਪੜ੍ਹੀ ਹੈ ਦੇਖਦੇ ਹਾਂ ਕਿ ਜਿਹੜੇ ਵੀ ਆਪਣੇ ਆਪਣੇ ਸਮਿਆਂ ਦੇ ਵਿੱਚ ਤਾਕਤਵਰ ਲੋਕ ਹੋਏ ਨੇ, ਉਹਨਾਂ ਲੋਕਾਂ ਦੀ ਇੱਕੋ ਹੀ ਖਾਹਿਸ਼ ਹੁੰਦੀ ਹੈ ਕਿ ਜਿਹੜੇ ਕੁਦਰਤੀ ਸਰੋਤ ਨੇ ਉਹਦੀਆਂ, ਅਸੀਂ ਇਹਨਾਂ ਸਰੋਤਾਂ ਦੇ ਉੱਪਰ ਕਾਬਜ਼ ਹੋ ਜਾਈਏ। ਅਤੇ ਅੱਜ ਵੀ ਉਹ ਸਿਸਟਮ ਚੱਲਦਾ ਆ ਰਿਹਾ, ਜਿਹੜਾ ਇੱਕ ਇਹ ਕੁਦਰਤੀ ਸਰੋਤ ਹੈ ਜ਼ਮੀਨ, ਅੱਜ ਇਸ ਸਰੋਤ ਨੂੰ ਹਥਿਆਉਣ ਦੀ ਇੱਕ ਵੱਡੀ ਸਾਜਿਸ਼ ਹੈ। ਕਦੇ ਤਾਂ ਕੋਈ ਚਾਹੁੰਦਾ ਕਿਸੇ ਦਾਣੇ 'ਤੇ ਨਾਜ਼ 'ਤੇ ਕਾਬਜ਼ ਹੋ ਜਾਈਏ, ਕਦੇ ਕੋਈ ਚਾਹੁੰਦਾ ਅਸੀਂ ਲੋਕਾਂ 'ਤੇ ਕਾਬਜ਼ ਹੋ ਜਾਈਏ, ਕਦੇ ਕੋਈ ਚਾਹੁੰਦਾ ਅਸੀਂ ਜਿਹੜੇ ਧਨ ਦੌਲਤ ਹੈ ਜਾਂ ਜੰਗਲ ਨੇ ਇਹਨਾਂ ਦੇ ਉੱਪਰ ਅਸੀਂ ਕਾਬਜ਼ ਹੋ ਜਾਈਏ। ਕੋਈ ਕਿਸ ਤਰੀਕੇ ਨਾਲ ਹੋਰ ਚੀਜ਼ਾਂ ਲੈ ਕੇ ਆਉਂਦੇ ਨੇ ਕਿ ਅਸੀਂ ਜੇਕਰ ਆਹ ਸਾਡੇ ਕਬਜ਼ੇ ਦੇ ਵਿੱਚ ਹੋ ਜਾਊਗਾ ਤਾਂ ਅਸੀਂ ਦੁਨੀਆ ਨੂੰ ਗੁਲਾਮ ਬਣਾ ਲਵਾਂਗੇ। ਰੌਲਾ ਤਾਂ ਸਾਰਾ ਧੌਂਸ ਦਾ ਹੈਗਾ। ਤੁਸੀਂ ਸਰਕਾਰਾਂ ਦੇ ਹਾਲ ਦੇਖ ਲਓ, ਦੇਸ਼ ਦੁਨੀਆ ਦੀਆਂ ਜਿਹੜੀਆਂ ਸਰਕਾਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਕੰਟਰੋਲ ਕਰਨ ਦੇ ਰਾਹ ਤੁਰੀਆਂ ਹੋਈਆਂ ਨੇ। ਅੱਜ ਤਾਂ ਖੈਰ ਸੋਸ਼ਲ ਮੀਡੀਆ ਆ ਗਿਆ, ਸੋਸ਼ਲ ਮੀਡੀਆ ਦੇ ਜ਼ਰੀਏ ਸਾਰੀ ਉਹ ਦੁਨੀਆ ਉਹਨਾਂ ਦੇ ਕੰਟਰੋਲ ਦੇ ਵਿੱਚ ਆ ਗਈ, ਕਿਉਂਕਿ ਐਜੂਕੇਸ਼ਨ ਉਹਨਾਂ ਕੋਲ ਸੀ, ਉਹਨਾਂ ਨੇ ਆਪਣੀਆਂ ਉਂਗਲੀਆਂ ਦੇ ਉੱਪਰ ਸਾਰਿਆਂ ਨੂੰ ਨਚਾਇਆ। ਜਿਹੜੇ ਲੋਕਾਂ ਦੇ ਵਿੱਚ ਮਾਲਕ ਬਣਨ ਦੀ ਕਾਬਲੀਅਤ ਸੀ, ਜਿਹਨਾਂ ਲੋਕਾਂ ਦੇ ਵਿੱਚ ਕਾਬਲੀਅਤ ਸੀ ਕਿ ਆਪਣਾ ਉਹ ਇੰਪਾਇਰ ਖੜਾ ਕਰ ਸਕਦੇ ਸੀ, ਲੋਕਾਂ ਲਈ ਰੁਜ਼ਗਾਰ ਪੈਦਾ ਕਰ ਸਕਦੇ ਸੀ, ਉਹ ਲੋਕ ਨੌਕਰੀਆਂ ਦੇ ਲਈ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ। ਇਹ ਉਹਨਾਂ ਨੇ ਕਰਕੇ ਦਿਖਾਇਆ ਕਿ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਿੰਦੇ ਦਿਮਾਗ ਸੀ, ਅਸੀਂ ਉਹਨਾਂ ਨੂੰ ਗੋਡਿਆਂ ਪਰ ਭਾਰ ਕਰਤਾ। ਆਪਣੇ ਸਾਹਮਣੇ ਨੇ ਕਿ ਜਿਹੜਾ ਯੂਥ ਹੈ, ਜਿਹੜਾ ਯੂਥ ਇਸ ਗੱਲ ਦੀ ਸਮਰੱਥਾ ਰੱਖਦਾ ਕਿ ਅਸੀਂ ਕੁਛ ਵੀ ਕਰ ਸਕਦੇ ਹਾਂ, ਉਹ ਅੱਜ ਨੌਕਰੀਆਂ ਲੱਭਣ ਦੇ ਲਈ ਮਜਬੂਰ ਨੇ ਕਿ ਸਾਨੂੰ ਕਿਤੋਂ ਨੌਕਰੀ ਮਿਲ ਜੇ। ਸਮਰੱਥਾ ਕੀ ਹੈ ਉਹਨਾਂ ਨੂੰ ਵੀ ਨਹੀਂ ਪਤਾ, ਕਿਉਂਕਿ ਸਮਰੱਥਾ ਦੱਬ ਲਈ ਗਈ। ਅਤੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਜ਼ਰੀਏ ਹੋਰ ਕਿੰਨਾ ਕੁਛ ਕੰਟਰੋਲ ਕੀਤਾ ਜਾ ਰਿਹਾ।
ਤੇ ਕਿੰਨਾ ਕੰਟੈਂਟ ਹੈ, ਜਿਹੜਾ ਕੰਟੈਂਟ ਪਰੋਸਿਆ ਜਾ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਹੈਗੀਆਂ ਨੇ, ਫਿਰ ਕਦੇ ਇਹਦੇ 'ਤੇ ਗੱਲ ਕਰਾਂਗੇ। ਪਰ ਜਿਹੜਾ ਜ਼ਮੀਨਾਂ ਦਾ ਅੱਜ ਇਹ ਸਵਾਲ, ਜ਼ਮੀਨਾਂ ਦਾ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰੋਜੈਕਟ ਨੇ, ਤੁਸੀਂ ਸ਼ੁਰੂ ਹੋ ਜਾਓ ਕਿ ਸ਼ੰਭੂ ਵਾਲਾ ਏਰੀਆ ਲੈ ਲਓ ਅਮਨ ਜੀ, ਸ਼ੰਭੂ ਇੱਕ ਵੱਡਾ ਜ਼ੋਨ ਬਣ ਗਿਆ, ਕਿੰਨੀਆਂ ਫੈਕਟਰੀਆਂ ਨੇ। ਜਦੋਂ ਆਪਾਂ ਅੰਬਾਲੇ ਤੋਂ ਸ਼ੰਭੂ ਐਂਟਰ ਕਰਦੇ ਹਾਂ, ਸ਼ੰਭੂ ਤੋਂ ਆਪਾਂ ਘਨੌਰ ਵਾਲੇ ਰੋਡ ਪੈਂਦੇ ਹਾਂ, ਸ਼ੰਭੂ ਤੋਂ ਮਰਦਾਂਪੁਰ ਸੰਧਾਰਸੀ, ਇਹਨਾਂ ਪਿੰਡਾਂ ਦਾ ਰੂਟ ਲੈ ਕੇ ਤੁਸੀਂ ਜਦੋਂ ਘਨੌਰ ਤੱਕ ਪਹੁੰਚੋਗੇ, ਤੁਹਾਨੂੰ ਕਿੰਨੀਆਂ ਫੈਕਟਰੀਆਂ ਦਿਖਣਗੀਆਂ ਸਾਰਾ ਏਰੀਆ ਜਿਹੜੀਆਂ ਜੀ, ਜਿਹੜੀਆਂ ਇੱਥੇ ਦੀਆਂ ਜ਼ਮੀਨਾਂ ਸੀ ਇਹ ਵਾਹੀਯੋਗ ਜ਼ਮੀਨਾਂ ਸੀ, ਤੇ ਇੱਥੇ ਇੱਥੇ ਦੇ ਹਾਲਾਤ ਕੀ ਨੇ, ਤੁਸੀਂ ਕਦੇ ਪਾਣੀ ਦਾ ਇੱਥੇ ਆਇਆ ਹੋਇਆ ਸਰਵੇ ਦੇਖ ਲਿਓ, ਇਦੋਂ ਨਾਲ ਨਾਲ ਤੁਸੀਂ ਕਦੇ ਪੋਲਿਊਸ਼ਨ ਇੱਥੋਂ ਦਾ ਦੇਖ ਲਿਓ, ਹਵਾ ਕਿੰਨੀ ਗੰਦੀ ਹੋਈ, ਕਦੇ ਤੁਸੀਂ ਉਹ ਦੇਖ ਲਿਓ, ਮਤਲਬ ਇਨਵਾਇਰਮੈਂਟ ਦੇ ਕੀ ਹਾਲਾਤ ਨੇ ਉਹ ਤੁਸੀਂ ਦੇਖ ਲਿਓ, ਲੋਕਾਂ ਦੇ ਘਰਾਂ ਦੇ ਕੀ ਹਾਲਾਤ ਨੇ, ਲੋਕਾਂ ਦੇ ਘਰਾਂ ਦੇ ਵਿੱਚ ਕਿਵੇਂ ਰਾਖੀ ਉੱਡ ਉੱਡ ਕੇ ਜਾਂਦੀ ਹੈ ਉਹ ਤੁਸੀਂ ਦੇਖ ਲਿਓ। ਯਾਨੀ ਕਿ ਜਿਸ ਏਰੀਏ ਨੂੰ ਕਿਹਾ ਗਿਆ ਅਸੀਂ ਡਿਵੈਲਪ ਕਰਾਂਗੇ, ਉਹ ਏਰੀਆ ਰਹਿਣ ਦੇ ਯੋਗ ਵੀ ਨਹੀਂ ਰਿਹਾ, ਇਹ ਡਿਵੈਲਪਮੈਂਟ ਹੁੰਦੀ ਹੈ। ਜਿੱਥੇ ਕਿਹਾ ਗਿਆ ਕਿ ਅਸੀਂ ਵਿਕਾਸ ਲੈ ਕੇ ਆ ਰਹੇ ਹਾਂ, ਉੱਥੋਂ ਦੇ ਲੋਕ ਕੈਂਸਰ ਦੇ ਨਾਲ ਮਰ ਰਹੇ ਨੇ, ਇਹ ਡਿਵੈਲਪਮੈਂਟ ਹੁੰਦੀ ਹੈ। ਸਾਡੇ ਲੋਕਾਂ ਨੂੰ ਵੀ ਇਹ ਗੱਲ ਸੋਚਣ ਦੀ ਲੋੜ ਹੈ ਜੀ। ਇੱਕ ਹੋਰ ਵੀ ਗੱਲ ਸਾਹਮਣੇ ਇਸ ਵਿੱਚ ਮਿਲਦਾ ਹੈ ਵੀ ਜਿਹੜੇ ਫੈਕਟਰੀਆਂ ਨੇ ਇਹ ਲੱਗੀਆਂ ਹੋਈਆਂ ਆਪਣੇ ਇੱਧਰ, ਹੈ ਨਾ, ਵੀ ਪਾਣੀ ਨੂੰ ਵੀ ਪ੍ਰਦੂਸ਼ਿਤ ਕਰ ਰਹੀਆਂ, ਇਹ ਜ਼ਮੀਨ ਨਿਚਲਾ ਪਾਣੀ ਹੈ ਜਿਹੜਾ, ਉਹ ਵੀ ਹੌਲੀ ਹੌਲੀ ਆਪਣਾ ਪੀਣ ਯੋਗ ਨਹੀਂ ਰਹਿਣਾ ਹੈਗਾ, ਇੱਕ ਸਮਾਜ ਸਾਲ ਜੂਗਾ ਨਹੀਂ। ਉਹ ਤਾਂ ਹੋ ਗਿਆ ਨਾ, ਉਹ ਤਾਂ ਪਾਣੀ ਤਾਂ ਦੇਖੋ ਖਰਾਬ ਹੋ ਗਿਆ। ਸਭ ਤੋਂ ਪਹਿਲਾਂ ਤਾਂ ਵਾਹੀਯੋਗ ਜ਼ਮੀਨ ਸੀ, ਜ਼ਮੀਨ ਦੇ ਨਾਲ ਜਿਹੜੀ ਵਾਹੀਯੋਗ ਜ਼ਮੀਨ ਹੁੰਦੀ ਆ ਅਮਨ ਜੀ, ਉਹਦੇ ਨਾਲ ਕੀ ਹੁੰਦਾ ਕਿ ਇਨਵਾਇਰਮੈਂਟ ਸਹੀ ਰਹਿੰਦਾ, ਇੱਕੋ ਸਿਸਟਮ ਬਣਿਆ ਹੋਇਆ, ਕੁਦਰਤ ਦਾ ਇੱਕੋ ਰੂਪ ਹੈ। ਪਹਿਲਾਂ ਤਾਂ ਤੁਸੀਂ ਵਾਹੀਯੋਗ ਉਹ ਜ਼ਮੀਨ ਬਰਬਾਦ ਕੀਤੀ, ਉਹਦੇ ਉੱਪਰ ਤੁਸੀਂ ਲਾਈ ਫਿਰ ਫੈਕਟਰੀ, ਜਿਹੜੀ ਤੁਹਾਡੀ ਫੈਕਟਰੀ ਦੀ ਲਿਕੁਇਡ ਵੇਸਟ ਸੀ ਉਹ ਤੁਸੀਂ ਪਾਈ ਧਰਤੀ ਦੇ ਵਿੱਚ, ਪਾਣੀ ਗੰਦਲਾ ਕੀਤਾ, ਫਿਰ ਤੁਸੀਂ ਵੱਡੇ ਵੱਡੇ ਧੂੰਏ ਦੇ ਪੰਪ ਲਾਏ, ਉਹਨਾਂ ਨੇ ਕੀਤੀ ਹਵਾ ਖਰਾਬ, ਤੇ ਜਦੋਂ ਪਾਣੀ ਖਰਾਬ ਹੋ ਗਿਆ, ਹਵਾ ਖਰਾਬ ਹੋ ਗਈ, ਮੌਸਮ ਖਰਾਬ ਹੋ ਗਏ, ਜਿਹੜੇ ਦਰਖਤ ਸੀ ਤੁਸੀਂ ਉਹ ਖਰਾਬ ਕਰਤੇ, ਜਦੋਂ ਪੂਰੇ ਦਾ ਪੂਰਾ ਜਿਹੜਾ ਏਰੀਆ ਦਾ ਇਨਵਾਇਰਮੈਂਟ ਸੀ ਉਹ ਪੋਲਿਊਟ ਹੋ ਗਿਆ, ਲੋਕਾਂ ਦੇ ਘਰਾਂ ਦੇ ਵਿੱਚ ਥੋੜ੍ਹੀ ਜਿਹੜੀ ਰਾਖੀ ਵੇਸਟ ਹੋ ਰਹੀ ਹੈ, ਉਹ ਲੋਕਾਂ ਦੇ ਕਮਰਿਆਂ ਦੇ ਵਿੱਚ, ਲੋਕਾਂ ਦੇ ਘਰਾਂ ਦੇ ਵਿੱਚ, ਲੋਕਾਂ ਦੀ ਅੱਖਾਂ ਤੱਕ ਵਿੱਚ ਪੈ ਰਹੀ ਹੈ, ਕਿੰਨੇ ਲੋਕਾਂ ਦੀ ਅੱਖਾਂ ਦੀ ਨਿਗਾਹ ਚਲੀ ਗਈ, ਤੇ ਫਿਰ ਇਹ ਕਾਹਦਾ ਵਿਕਾਸ ਹੈ? ਇਹ ਤਾਂ ਉਹ ਗੱਲ ਹੋ ਗਈ ਕਿ ਕੋਈ ਕੈਂਸਰ ਦਾ ਮਰੀਜ਼ ਹੈ, ਤੇ ਕੈਂਸਰ ਦਾ ਮਰੀਜ਼ ਕਿਸੇ ਦੇਸ਼ ਦੇ ਵੱਡੇ ਸਾਰੇ ਹੋਸਪਿਟਲ ਦੇ ਵਿੱਚ ਪਿਆ, ਕਰੋੜਾਂ ਰੁਪਇਆ ਉਹਦੇ ਇਲਾਜ ਦੇ ਉੱਪਰ ਖਰਚ ਹੋਇਆ, ਤੇ ਕਰੋੜਾਂ ਰੁਪਇਆ ਉਹਨੇ ਜ਼ਮੀਨ ਵੇਚ ਕੇ ਆਪਣੇ ਲਾਤੀ, ਤੇ ਉਹ ਉਸ ਚੀਜ਼ ਨੂੰ ਵਿਕਾਸ ਸਮਝ ਰਿਹਾ ਕਿ ਮੇਰੇ ਖਾਤੇ ਦੇ ਵਿੱਚ ਕਰੋੜਾਂ ਰੁਪਇਆ ਪਿਆ ਸੀ, ਮੈਂ ਦੇਸ਼ ਦੇ ਸਭ ਤੋਂ ਮਹਿੰਗੇ ਹਸਪਤਾਲ ਦੇ ਵਿੱਚ ਇਲਾਜ ਕਰਵਾ ਲਿਆ ਆਪਣੇ ਕੈਂਸਰ ਦਾ, ਉਹ ਉਹਦੀ ਨਿਗਾਹ ਦੇ ਵਿੱਚ ਤਾਂ ਉਹ ਵਿਕਾਸ ਹੈ, ਪਰ ਉਹਦੀ ਨਿਗਾਹ ਦੇ ਵਿੱਚ ਉਹ ਵਿਕਾਸ ਨਹੀਂ ਹੈਗਾ ਕਿ ਤੇਰਾ ਜਿਹੜਾ ਜੀਵਨ ਹੈ, ਜੀਵਨ ਨੂੰ ਤੂੰ ਆਪਣਾ ਤੰਦਰੁਸਤ ਜੀਵਿਆ। ਸਾਨੂੰ ਵਿਕਾਸ ਦੀ ਡੈਫੀਨੇਸ਼ਨ ਵੀ ਦੇਖਣੀ ਪੈਣੀ ਹੈ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਵਿਕਾਸ ਹੈ, ਸਾਡੀ ਨਿਗਾਹ ਦੇ ਵਿੱਚ, ਸਾਡੇ ਲੋਕਾਂ ਦੀ ਨਿਗਾਹ ਦੇ ਵਿੱਚ ਵਿਕਾਸ ਦੀ ਡੈਫੀਨੇਸ਼ਨ ਕੀ ਹੈ, ਤੇ ਸਰਕਾਰਾਂ ਦੀ ਨਿਗਾਹ ਦੇ ਵਿੱਚ ਵਿਕਾਸ ਦੀ ਡੈਫੀਨੇਸ਼ਨ ਕੀ ਹੈ? ਦੁਨੀਆਂ ਦੇ ਉਹ ਕਾਰਪੋਰੇਟ ਲੋਕ ਜਿਹੜੇ ਪੂਰੀ ਦੁਨੀਆਂ ਨੂੰ ਤਾਂ ਕਰ ਰਹੇ ਨੇ ਪੋਲਿਊਟ, ਲੋਕਾਂ ਨੂੰ ਮਾਰ ਰਹੇ ਨੇ ਬਿਮਾਰੀਆਂ ਦੇ ਨਾਲ, ਆਪਣੇ ਪਰਿਵਾਰ ਛੱਡੇ ਹੋਏ ਨੇ ਇਹਨਾਂ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਬਿਲਕੁਲ ਰਹਿਣ ਯੋਗ ਥਾਂ ਹੈ। ਇਹ ਚੀਜ਼ਾਂ ਸਾਡੇ ਲੋਕਾਂ ਨੂੰ ਦੇਖਣੀਆਂ ਪੈਣਗੀਆਂ ਕਿ ਡਿਵੈਲਪਮੈਂਟ ਕੀ ਹੋਊਗੀ। ਹੁਣ ਸ਼ੰਭੂ ਏਰੀਏ ਦੀ ਆਪਾਂ ਨੇ ਗੱਲ ਕੀਤੀ, ਸ਼ੰਭੂ ਵਾਲਾ ਸਾਰਾ ਏਰੀਆ ਤੁਸੀਂ ਦੇਖ ਲਓ, ਰਾਜਪੁਰੇ ਜਿਹੜਾ ਪ੍ਰੋਜੈਕਟ ਲੱਗਿਆ ਹੋਇਆ, ਜ਼ਮੀਨਾਂ ਅਕੁਆਇਰ ਹੋਈਆਂ ਸੀ, 403 ਏਕੜ ਜ਼ਮੀਨ ਅਕੁਆਇਰ ਹੋਈ ਸੀ, ਤੁਸੀਂ 403 ਏਕੜ ਦੇ ਜਿਹੜੇ ਹਾਲਾਤ ਨੇ ਉਹ ਹਾਲਾਤ ਦੇਖ ਲਓ ਕੀ, ਜ਼ਮੀਨ ਸਾਰੀ ਲੈ ਲਈ ਉਹ 403 ਏਕੜ ਦੇ ਸਿਰੋਂ, ਕਿੰਨੇ ਪਰਿਵਾਰ ਰੋਟੀ ਖਾਂਦੇ ਸੀ, ਜੇਕਰ ਇਹਦਾ ਐਸਟੀਮੇਟ ਲਾਈਏ, ਹਰ ਕਿੰਨੀਆਂ ਕਿੰਨੀਆਂ ਸਦੀਆਂ ਤੋਂ, ਕਿੰਨੇ ਦਹਾਕਿਆਂ ਤੋਂ
ਉਹ ਲੋਕ ਇਸ ਜ਼ਮੀਨ ਤੋਂ ਰੋਟੀ ਖਾ ਰਹੇ ਸੀ। ਠੀਕ ਆ, ਜੋ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਖੁਸ਼ੀ ਹੋਊਗੀ, ਜਿਹੜੇ ਕਾਸ਼ਤਕਾਰ ਨੇ ਕਿ ਸਾਨੂੰ 9 ਲੱਖ ਰੁਪਈਆ ਮਿਲ ਗਿਆ, ਅਤੇ ਜਿਹੜੀ ਪੰਚਾਇਤ ਖੁਸ਼ ਹੈ ਕਿ ਸਾਨੂੰ 26 ਲੱਖ ਰੁਪਈਆ ਮਿਲ ਗਿਆ। ਆਉਣ ਵਾਲਾ ਸਮਾਂ ਦੱਸੂਗਾ ਕਿ 30-35 ਲੱਖ ਰੁਪਈਆ ਲੈ ਕੇ ਖੁਸ਼ ਹੋਣ ਵਾਲੇ ਲੋਕਾਂ ਦੇ ਜਿਹੜੇ ਬੱਚੇ ਨੇ ਜਦੋਂ ਦਿਹਾੜੀਆਂ ਦੇ ਰੂਪ ਦੇ ਵਿੱਚ ਰੁਲਣਗੇ, ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਇਸ ਜ਼ਮੀਨ ਅਤੇ ਇਸ ਜ਼ਮੀਨ ਦੀ ਮਾਲਕੀ ਦੀ ਜਿਹੜੀ ਅਹਿਮੀਅਤ ਸੀ, ਅਹਿਮੀਅਤ ਕੀ ਆ। ਅੱਜ ਕਹਿ ਰਹੇ ਨੇ ਉੱਥੇ ਸਮਾਰਟ ਸਿਟੀ ਬਣ ਰਹੇ ਨੇ। ਦੇਖੋ, ਕਦੇ ਤਾਂ ਸਮਾਰਟ ਬੰਦੇ ਹੁੰਦੇ ਸੀ, ਹੁਣ ਸਿਟੀਆਂ ਵੀ ਸਮਾਰਟ ਹੋ ਗਈਆਂ। ਇੱਟਾਂ ਦੀ ਬਣਾਈ ਹੋਈ ਬਿਲਡਿੰਗ ਸਮਾਰਟ ਕਿਵੇਂ ਹੋ ਜਾਊਗੀ, ਅੱਜ ਤੱਕ ਕੋਈ ਦੱਸ ਨਹੀਂ ਸਕਿਆ। ਬੰਦੇ ਨੂੰ ਤਾਂ ਚਲੋ ਕਹਿ ਸਕਦੇ ਹਾਂ ਕਿ ਬੰਦੇ ਦਾ ਕਿਸੇ ਦਿਮਾਗ ਤੇਜ਼ ਹੈ, ਕਿਸੇ ਦੀ ਕੰਮ ਕਰਨ ਦੀ ਸਮਰੱਥਾ ਜ਼ਿਆਦਾ, ਉਹ ਤਾਂ ਤੇਜ਼ ਹੋ ਸਕਦਾ, ਸਮਾਰਟ ਹੋ ਸਕਦਾ। ਹੁਣ ਤੁਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਨੂੰ ਪਾ ਕੇ ਕਹਿ ਦੋਗੇ ਕਿ ਇਹ ਬਿਲਡਿੰਗਾਂ ਵੀ ਸਮਾਰਟ ਨੇ, ਸਮਾਰਟ ਕਿਵੇਂ ਨੇ, ਅੱਜ ਤੱਕ ਕੋਈ ਦੱਸ ਨਹੀਂ ਸਕਿਆ ਹੈਗਾ। ਤਾਂ ਇਹ ਚੀਜ਼ਾਂ ਨੇ ਅਮਨ ਜੀ। ਇਸ ਤੋਂ ਇਲਾਵਾ ਮੋਹਾਲੀ ਅਤੇ ਜ਼ੀਰਕਪੁਰ ਦੇ ਵਿੱਚ ਕਿੰਨੇ ਹੀ ਪ੍ਰੋਜੈਕਟ ਚੱਲ ਰਹੇ ਨੇ, ਹਾਲਾਂਕਿ ਉਹ ਜ਼ਮੀਨਾਂ ਸਾਰੀਆਂ ਐਕੁਆਇਰ ਹੋ ਚੁੱਕੀਆਂ ਨੇ। ਹੁਣ ਜਿਹੜਾ ਕਾਰਪੋਰੇਟ ਦਾ ਧਾਵਾ ਜ਼ਮੀਨਾਂ ਦੇ ਉੱਪਰ, ਇਹ ਧਾਵਾ ਹੈਗਾ ਕਿ ਜਿੱਥੇ ਜਿੱਥੇ ਹੁਣ ਪਿੰਡ ਨੇ, ਪਿੰਡਾਂ ਵੱਲ ਗੱਲ ਹੋ ਗਈ, ਪਹਿਲਾਂ ਤਾਂ ਉਹ ਏਰੀਏ ਐਕੁਆਇਰ ਕੀਤੇ ਗਏ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਲੱਗਦੇ ਸੀ, ਵੱਡੇ ਸ਼ਹਿਰਾਂ ਦੇ ਨੇੜੇ ਲੱਗਦੇ ਸੀ, ਅਤੇ ਹੁਣ ਜਿਹੜੇ ਜ਼ਮੀਨਾਂ ਐਕੁਆਇਰ ਕੀਤੀਆਂ ਜਾ ਰਹੀਆਂ ਨੇ, ਹੁਣ ਤਾਂ ਡਾਇਰੈਕਟ ਪਿੰਡਾਂ ਤੱਕ ਅਪਰੋਚ ਕੀਤੀ ਜਾ ਰਹੀ ਹੈ, ਅਤੇ ਪਿੰਡਾਂ ਤੋਂ ਜਿਹੜੀਆਂ ਜ਼ਮੀਨਾਂ ਨੇ, ਜ਼ਮੀਨਾਂ ਉਹ ਐਕੁਆਇਰ ਕੀਤੀਆਂ ਜਾ ਰਹੀਆਂ। ਵੈਸੇ ਮਤਲਬ ਬੜੀ ਸਾਡੇ ਲੋਕ ਵੀ ਖੁਸ਼ ਨੇ ਕਿ ਸਾਡੀ ਸਾਰੀ ਜ਼ਮੀਨ ਐਕੁਆਇਰ ਹੋ ਰਹੀ ਹੈ, ਜੱਟਾਂ ਦੀ ਬੱਲੇ ਬੱਲੇ ਹੈ, 2-2 ਕਰੋੜ ਦੇ ਕਿੱਲੇ ਵਿਕ ਰਹੇ ਨੇ। ਇਹ ਜਿਹੜਾ ਤੁਹਾਨੂੰ 2 ਕਰੋੜ ਦੇ ਕੇ ਜਾ ਰਿਹਾ, 2-4 ਸਾਲਾਂ ਬਾਅਦ 2 ਕਰੋੜ ਉਹਦੀ ਜੇਬ 'ਚ ਜਾਣਾ, ਕਿਉਂਕਿ ਇਹ ਮਨੀ ਰੋਟੇਸ਼ਨ ਹੈ। ਤੁਸੀਂ ਪੈਸਾ ਸਾਂਭ ਕੇ ਨਹੀਂ ਰੱਖ ਸਕਦੇ, ਨਾ ਕਦੇ ਪੈਸਾ ਸਾਂਭ ਕੇ ਰੱਖਿਆ ਜਾਂਦਾ। ਜਿਵੇਂ ਮੈਂ ਕਿਹਾ ਸੀ ਕਿ ਤੁਸੀਂ ਮੋਹਾਲੀ ਦਾ ਸਰਵੇ ਕਰ ਲਓ ਕਿ ਮੋਹਾਲੀ ਦੇ ਵਿੱਚ ਜਿਹੜੇ ਲੋਕਾਂ ਦੀ ਜ਼ਮੀਨ ਐਕੁਆਇਰ ਹੋਈ ਸੀ, ਉਹਨਾਂ ਦੇ ਵਿੱਚੋਂ ਅੱਜ ਕਿੰਨਿਆਂ ਨੇ ਜ਼ਮੀਨ ਬਣਾਈ, ਅਤੇ ਕਿੰਨਿਆਂ ਦੀ ਜਿਹੜੀ ਜ਼ਮੀਨ ਹੈ ਜ਼ਮੀਨ ਬਚ ਪਾਈ, ਅਤੇ ਕਿੰਨੇ ਲੋਕ ਅੱਗੇ ਇਨਵੈਸਟ ਕਰ ਪਾਏ ਐਗਰੀਕਲਚਰ ਲੈਂਡ ਦੇ ਵਿੱਚ। ਇਹ ਸਰਵੇ ਹੋਣਾ ਚਾਹੀਦਾ। ਅੱਜ ਤੱਕ ਖੈਰ ਨਾ ਕਿਸੇ ਮੀਡੀਆ ਨੇ, ਨਾ ਕਿਸੇ ਰਿਸਰਚ ਸਕਾਲਰ ਨੇ ਇਸ ਪਾਸੇ, ਮੈਨੂੰ ਲੱਗਦਾ ਜਿੱਥੇ ਤੱਕ ਮੇਰੇ ਧਿਆਨ ਦੇ ਵਿੱਚ ਹੈ, ਕਿ ਕਿਸੇ ਨੇ ਸਰਵੇ ਨਹੀਂ ਕੀਤਾ ਹੈਗਾ। ਇੱਕ ਤਾਂ ਉਹ ਚੀਜ਼ ਹੁੰਦੀ ਹੈ, ਅਜੀਤ ਸਿੰਘ ਜੀ, ਦੋ ਅਲੱਗ ਅਲੱਗ ਗੱਲਾਂ ਨੇ। ਇੱਕ ਤਾਂ ਪੈਸਾ ਆ ਜਾਣਾ, ਉਹਦੇ ਨਾਲ ਨਹੀਂ ਕੋਈ ਅਮੀਰ ਹੁੰਦਾ ਹੈਗਾ। ਪੈਸਾ ਆਏ ਹੋਏ ਸਾਂਭਣਾ ਕਿਵੇਂ ਆ, ਉਹਦੇ ਨਾਲ ਬੰਦਾ ਚਲੋ ਬਚ ਸਕਦਾ ਹੈ ਨਾ, ਉਹਦੇ ਕੋਲ ਪੈਸਾ ਨਹੀਂ ਤਾਂ ਉੱਥੇ ਜਿਹਨਾਂ ਤੋਂ, ਜਿਹਨਾਂ ਨੇ ਦਿੱਤਾ ਸੀ ਆਪਾਂ ਨੂੰ ਜ਼ਮੀਨਾਂ ਦਾ ਮੁੱਲ, ਉਹਨਾਂ ਕੋਲ ਫੇਰ ਚਲਿਆ ਜਾਂਦਾ ਉਹ ਪੈਸਾ ਘੁੰਮ ਜੀ। ਨਹੀਂ ਦੇਖੋ ਕਿ ਇਹ ਤਾਂ ਉਹ ਗੱਲ ਹੋ ਗਈ ਨਾ, ਤੁਹਾਡੇ ਹੱਥ ਦੇ ਵਿੱਚੋਂ ਰੋਟੀ ਖੋ ਕੇ ਤੁਹਾਨੂੰ ਬ੍ਰਾਂਡਡ ਕੱਪੜੇ ਫੜਾ ਦੇ ਕਿ ਆ ਪਾ ਲਓ, ਰੋਟੀ ਤੁਹਾਡੀ ਹੱਥ ਦੇ ਵਿੱਚੋਂ ਖੋਲੀ, ਹੁਣ ਤੁਸੀਂ ਬ੍ਰਾਂਡਡ ਕੱਪੜੇ ਪਾ ਕੇ ਕਿੰਨਾ ਕੁ ਚਿਰ ਜਿਉਂਦੇ ਰਹਿ ਜਾਓਗੇ। ਗੱਲ ਤਾਂ ਸਾਰੀ ਆਹੀ ਹੈ ਨਾ। ਇੱਕ ਤਾਂ ਉਹ ਪਰਿਵਾਰ ਹੈ ਜਿਹਦੇ ਪਰਿਵਾਰ ਦੇ ਕੋਲ 10-15-20 ਕਿੱਲੇ ਜ਼ਮੀਨ ਹੈ, ਅਤੇ ਉਸ ਪਰਿਵਾਰ ਤੋਂ ਉਹ ਉਹਦੇ ਪੀੜ੍ਹੀਆਂ ਬੰਦੇ ਦੀਆਂ ਰੋਟੀ ਖਾਂਦੀ ਆ ਰਹੀਆਂ ਨੇ, ਅਤੇ ਅੱਗੇ ਰੋਟੀਆਂ ਵੀ ਖਾਣਗੀਆਂ। ਹੁਣ 25 ਕਿੱਲੇ ਜ਼ਮੀਨ ਹੋ ਗਈ ਐਕੁਆਇਰ, ਇੱਕ 25 ਕਿੱਲੇ ਵੇਚ ਕੇ ਕੀ ਆਏ, ਬ੍ਰਾਂਡਡ ਕੱਪੜੇ ਹੀ ਆਏ ਨਾ, ਗੱਡੀਆਂ ਆਈਆਂ, ਮਹਿੰਗੇ ਮੋਬਾਈਲ ਆਏ। ਹੁਣ ਫਿਰ ਤੁਸੀਂ ਦੇਖੋ ਕਿ ਮਤਲਬ ਤੁਹਾਡੇ ਹੱਥ ਦੇ ਵਿੱਚ ਰੋਟੀ ਖਾਓਗੇ, ਤੁਹਾਨੂੰ ਕੱਪੜੇ ਦੇ ਤੇ, ਮਨੁੱਖ ਨੂੰ ਕੱਪੜੇ ਜ਼ਿਆਦਾ ਚੰਗੇ ਨੇ ਜਾਂ ਰੋਟੀ ਜ਼ਿਆਦਾ ਚੰਗੀ ਹੈ? ਹਾਂ ਠੀਕ ਹੈ, ਜਦੋਂ ਤਾਂ ਤੁਸੀਂ ਮਤਲਬ ਇੱਕ ਲੌਂਗ ਟਰਮ ਦੇ ਵਿੱਚ ਚੀਜ਼ਾਂ ਦੇਖਦੇ ਹੋ, ਤੁਹਾਨੂੰ ਲੱਗਦਾ ਕਿ ਹਾਂ ਵੀ ਫਲਾਣੇ ਕੋਲ ਫਲਾਣੀਆਂ ਗੱਡੀਆਂ ਨੇ, ਸਾਡੇ ਕੋਲ ਵੀ ਪੈਸਾ ਆ ਗਿਆ, ਅਸੀਂ ਵੀ ਵੱਡੀ ਕੋਠੀ ਪਾਵਾਂਗੇ, ਅਸੀਂ ਅੱਗੇ ਕਿਤੇ ਰੈਂਟਲ ਪ੍ਰੋਪਰਟੀ ਲੈ ਲਾਂਗੇ, ਉੱਥੋਂ 50,000 ਰੁਪਈਆ ਸਾਨੂੰ ਰੈਂਟ ਆ ਜਾਊਗਾ। ਇਹ ਹੋ ਗਿਆ ਕਿ ਆਪਾਂ ਆਲਾ ਦੁਆਲਾ ਦੇਖ ਕੇ ਪ੍ਰਭਾਵਿਤ ਹੋ ਰਹੇ ਹਾਂ ਆਪਣਾ। ਇੱਕ ਹੈਗਾ ਕਿ ਅਸਲ ਦੇ ਵਿੱਚ ਪ੍ਰੋਬਲਮ ਕੀ ਹੈ, ਅਤੇ ਅਸਲ ਦੇ ਵਿੱਚ ਮੁੱਦਾ ਕੀ ਹੈ, ਅਸਲ ਦੇ ਵਿੱਚ ਗੱਲ ਕੀ ਹੈ, ਅਸਲ ਦੇ ਵਿੱਚ ਪੂਰਾ ਮਾਮਲਾ ਕੀ ਹੈ, ਤੁਸੀਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਐਕਟ ਕਰਦੇ ਹੋ। ਪਰ ਹੁਣ ਲੌਂਗ ਵਿਜ਼ਨ ਤਾਂ ਹੈ ਨਹੀਂ, ਹੁਣ ਤਾਂ ਜੋ ਕੁਛ ਕਰੰਟ ਵਾਪਰ ਰਿਹਾ ਤੁਹਾਡੇ ਇਰਦ ਗਿਰਦ, ਉਸ ਚੀਜ਼ ਨੂੰ ਦੇਖ ਕੇ ਜਿਹੜਾ ਹੈਗਾ ਆਈਡੀਆ ਉਹ ਲਾ ਲਿਆ ਜਾਂਦਾ। ਸੋ ਅੱਜ ਦੀ ਨਿਗਾਹ ਦੇ ਵਿੱਚ ਤੁਸੀਂ ਸਵਾਲ ਕੀਤਾ ਸੀ ਕਿਹੜੇ ਕਿਹੜੇ ਪ੍ਰੋਜੈਕਟ ਨੇ ਪੰਜਾਬ ਦੇ ਵਿੱਚ, ਰੇਲਵੇ ਦੇ ਪ੍ਰੋਜੈਕਟ ਚੱਲ ਰਹੇ ਨੇ,
ਬਿਜਲੀ ਦੀਆਂ 220 ਲਾਈਨਾਂ ਵੱਡੀਆਂ ਵੱਡੀਆਂ ਨਿਕਲ ਰਹੀਆਂ ਨੇ, ਮੱਕੜ ਜਾਲ ਪੰਜਾਬ ਦੇ ਵਿੱਚ ਬਿਜਲੀ ਦੀ ਲਾਈਨਾਂ ਦਾ ਅਮਨ ਜੀ ਬੁਣਿਆ ਜਾ ਰਿਹਾ, ਤੇ ਇਹਦੇ ਨਾਲੋਂ ਨਾਲ ਜਿਹੜੇ ਭਾਰਤਮਾਲਾ ਪ੍ਰੋਜੈਕਟ ਨੇ, ਫਿਰ ਸ਼ਹਿਰਾਂ ਦੇ ਵਿੱਚ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਨੇ, ਵੱਡੀਆਂ ਵੱਡੀਆਂ ਫੈਕਟਰੀਆਂ ਆ ਰਹੀਆਂ ਨੇ, ਸਮਾਰਟ ਸਿਟੀ ਆ ਰਹੇ ਨੇ, ਅਤੇ ਕਈ ਤਰ੍ਹਾਂ ਦੇ ਜਿਹੜੇ ਹੈਗੇ ਨੇ ਮੌਲ ਇੱਥੇ ਆ ਰਹੇ ਨੇ, ਉਸ ਤਰੀਕੇ ਦੇ ਨਾਲ ਪੰਜਾਬ ਦੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਫੈਕਟਰੀਆਂ ਨੇ, ਆਹ ਸ਼ਰਾਬ ਫੈਕਟਰੀ ਹੋ ਗਈ, ਆਹ ਬਿਸਕੁਟ ਫੈਕਟਰੀ ਹੋ ਗਈ, ਆਹ ਦੁੱਧ ਫੈਕਟਰੀ ਹੋ ਗਈ, ਅਤੇ ਆਹ ਬੀਅਰ ਫੈਕਟਰੀ ਹੋ ਗਈ, ਆਹ ਫਲਾਣੀ ਫੈਕਟਰੀ ਹੋ ਗਈ, ਇੱਦਾਂ ਦੀਆਂ ਫੈਕਟਰੀਆਂ ਨੇ, ਅਤੇ ਆਹ ਫੈਕਟਰੀਆਂ ਪੰਜਾਬ ਦਾ ਜਿਹੜਾ ਪਾਣੀ ਹੈ ਨਹਿਰੀ ਪਾਣੀ ਵੀ ਯੂਜ਼ ਕਰ ਰਹੀਆਂ ਨੇ, ਤਾਂ ਆਹ ਸਭ ਕੁਛ ਹੈਗਾ। ਅਤੇ ਇਸ ਤੋਂ ਇਲਾਵਾ ਪੰਜਾਬ ਦੀਆਂ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਨੇ, ਸ਼ਾਮਲਾਟ ਜ਼ਮੀਨਾਂ 'ਤੇ ਵੀ ਸਰਕਾਰਾਂ ਦੀ ਅੱਖ ਹੈ ਕਿ ਕਿਸ ਤਰੀਕੇ ਨਾਲ ਅਸੀਂ ਸ਼ਾਮਲਾਟ ਜ਼ਮੀਨਾਂ ਆਪਣੇ ਜਿਹੜਾ ਹੈਗਾ ਅਧੀਨ ਕਰ ਲਈਏ। ਸਾਡੇ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ, ਸਾਡੇ ਲੋਕਾਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਜੋ ਸਾਡੇ ਨਾਲ ਹੋ ਰਿਹਾ ਇਹ ਮੌਜੂਦਾ ਸਮੇਂ ਦੇ ਵਿੱਚ ਕੁਛ ਦਿਨਾਂ ਦੇ ਲਈ, ਕੁਛ ਸਮੇਂ ਦੇ ਲਈ, ਸਾਲਾਂ ਦੇ ਲਈ, ਮਹੀਨਿਆਂ ਦੇ ਲਈ ਤੁਹਾਡੇ ਲਈ ਚੰਗਾ ਹੋ ਸਕਦਾ, ਪਰ ਜਿਉਂ ਜਿਉਂ ਸਮਾਂ ਬੀਤੂਗਾ ਤਿਉਂ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੇ ਭਾਅ ਇਹ ਗੱਲ ਵਿਕਦੀ ਹੈ। ਜੀ ਇੱਕ ਹੋਰ ਸਵਾਲ ਨਿਕਲ ਕੇ ਆਉਂਦਾ ਗੁਰਿੰਦਰ ਭਾਈ ਇਹਦੇ ਚੋਂ ਵੀ, ਮੰਨ ਲਓ ਜ਼ਮੀਨਾਂ ਅਕਵਾਇਰ ਹੋ ਗਈਆਂ ਹਨਾ, ਜੋ ਕਿ ਉਪਜਾਊ ਜ਼ਮੀਨਾਂ ਖੇਤੀ ਜ਼ਮੀਨਾਂ ਸੀ ਜਿਹਦੇ ਜੋ ਅੰਨ ਖਾ ਰਹੇ ਨੇ ਲੋਕ, ਜੇ ਦੁਨੀਆਂ ਨੂੰ ਅੰਨ ਮਿਲ ਰਿਹਾ, ਜੇ ਉਹ ਸਾਰੀਆਂ ਅਕਵਾਇਰ ਹੋ ਗਈ, ਆਪਾਂ ਨੇ ਉੱਥੇ ਬਿਲਡਿੰਗਾਂ ਬਣਾ ਦੀਆਂ ਹਨਾ, ਫਿਰ ਆਪਣਾ ਅੰਨ ਕਿੱਥੇ ਪੈਦਾ ਹੋਊਗਾ? ਫਿਰ ਇਹ ਵੀ ਇੱਕ ਵੱਡਾ ਸਵਾਲ ਹੈ। ਪਹਿਲਾਂ ਕੀਤੀ ਜਾਂਦੀ ਕਿ ਅਸੀਂ ਲੌਂਗ ਟਰਮ ਦੇ ਵਿੱਚ ਕਦੇ ਸੋਚਦੇ ਨਹੀਂ ਕਿ ਜੋ ਅਸੀਂ ਅੱਜ ਕੰਮ ਕਰ ਰਹੇ ਹਾਂ ਇਹਦਾ ਲੰਬੇ ਸਮੇਂ ਦੇ ਉੱਪਰ ਇੰਪੈਕਟ ਕੀ ਪਊਗਾ ਸਾਨੂੰ, ਕਿਉਂਕਿ ਸਾਡੇ ਘਰ ਦੀਆਂ ਜ਼ਮੀਨਾਂ ਦੇ ਹੋਣ ਦੇ ਕਰਕੇ ਸਾਨੂੰ ਰੋਟੀ ਆਮ ਲੱਗਦੀ ਹੈ, ਜਿਹਦੇ ਕੋਲ ਰੋਟੀ ਹੈ ਨਹੀਂ ਉਹਨੂੰ ਉਹਨੂੰ ਮੁੱਲ ਪਤਾ ਹੋ, ਸਾਡੀ ਨਿਗਾਹ ਸਿਰਫ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਉੱਪਰ ਕਿ ਕੋਈ ਆਵੇ ਕਰੋੜਾਂ ਰੁਪਈਆ ਦੇ ਦੇ ਕਿ ਅਸੀਂ ਵੇਚ ਦੇ, ਉਹ ਜਦੋਂ ਅਸੀਂ ਜ਼ਮੀਨਾਂ ਵੇਚ ਦਾਂਗੇ 2-4-5-10-20 ਸਾਲਾਂ ਇੱਕ ਪੀੜ੍ਹੀ ਲੰਘ ਜੂ ਉਹਨਾਂ ਪੈਸਿਆਂ ਦੇ ਨਾਲ, ਜਦੋਂ ਅਗਲੀ ਪੀੜ੍ਹੀ ਆਊਗੀ ਉਹਦੇ ਕੋਲ ਫਿਰ ਪੈਸੇ ਤਾਂ ਮੁੱਕ ਜਾਣੇ ਨੇ, ਫਿਰ ਉਹ ਅਗਲੀ ਪੀੜ੍ਹੀ ਸੋਚੂਗੀ ਕਿ ਹੁਣ ਅਸੀਂ ਕੀ ਕਰੀਏ, ਉੱਥੇ ਰੋਟੀ ਜੇ ਥੋੜ੍ਹਾ ਆਊਗੀ, ਫਿਰ ਉਸ ਪੀੜ੍ਹੀ ਨੂੰ ਪਤਾ ਹੋਊਗਾ ਕਿ ਰੋਟੀ ਦਾ ਮੁੱਲ ਕੀ ਹੈ। ਅੱਜ ਨਹੀਂ ਫਿਲਹਾਲ ਇਸ ਗੱਲ ਦਾ ਪਤਾ ਲੱਗਦਾ ਹੈਗਾ, ਫਿਲਹਾਲ ਠੀਕ ਹੈ, ਹੁਣ ਤਾਂ ਬੜੇ ਮਤਲਬ ਜਿਹੜੇ ਲੋਕ ਨੇ ਜਾਂ ਸਰਕਾਰਾਂ ਕਹਿੰਦੀਆਂ ਨੇ ਕਿ ਜੇਕਰ ਅਸੀਂ ਅਨਾਜ ਪੈਦਾ ਕਰਨਾ ਤਾਂ ਸਾਨੂੰ ਲੋੜ ਨਹੀਂ ਹੈਗੀ ਜ਼ਮੀਨਾਂ ਦੀ, ਅਸੀਂ ਤਾਂ ਹਵਾ ਦੇ ਵਿੱਚੋਂ ਬੈਕਟੀਰੀਆ ਫੜ ਕੇ ਅਨਾਜ ਪੈਦਾ ਕਰ ਸਕਦੇ ਹਾਂ, ਇਹੋ ਜਿਹੀਆਂ ਚੀਜ਼ਾਂ ਵੀ ਨਾਲੋਂ ਨਾਲ ਚੱਲ ਰਹੀਆਂ ਨੇ ਕਿ ਟੈਕਨੋਲੋਜੀ ਹੈਗੀ ਹੈ ਹਵਾ ਦੇ ਵਿੱਚ ਉਹ ਅਸੀਂ ਅਨਾਜ ਪੈਦਾ ਕਰ ਦਾਂਗੇ, ਠੀਕ ਹੈ ਕੁਛ ਸਮੇਂ ਦੇ ਲਈ ਚੀਜ਼ਾਂ ਇਹ। ਜੀ ਜੀ ਇੱਕ ਗੱਲ ਹੋਰ ਹੈ ਗੁਰਜਿੰਦਰ ਬਾਈ, ਅੱਜ ਵੀ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ ਆਪਾਂ ਦੇਖਦੇ ਹਾਂ ਉਹ ਬੰਦੇ ਤਰਸਦੇ ਨੇ ਵੀ ਸਾਡੇ ਕੋਲ ਥੋੜ੍ਹੀ ਬਹੁਤੀ ਵੀ ਜ਼ਮੀਨ ਹੋਏ, ਚਲੋ ਘਰ ਖਾਣ ਲਈ ਅਨਾਜ ਹੋ ਜਾਇਆ ਕਰੂਗਾ, ਤੇ ਇਹ ਗੱਲਾਂ ਸੁਣਦੇ ਹਾਂ ਆਪਾਂ ਲੋਕਾਂ ਦੇ ਮੂੰਹੋਂ। ਜੀ ਨਹੀਂ ਦੇਖੋ ਉਹੀ ਗੱਲ ਕਿ ਜਿਸ ਬੰਦੇ ਨੂੰ ਸੱਟ ਲੱਗੀ ਹੋਈ ਹੈ, ਜਿਸ ਬੰਦੇ ਨੂੰ ਪਤਾ ਕਿ ਕਿਹੜੀ ਚੀਜ਼ ਦੀ ਵੈਲਿਊ ਕੀ ਹੈ, ਕਿਹੜੀ ਚੀਜ਼ ਦੀ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਤਾ ਕੀ ਹੈ, ਕਿਹੜੀ ਚੀਜ਼ ਦੀ ਸਾਨੂੰ ਲੋੜ ਹੈ, ਉਹ ਬੰਦਾ ਤਾਂ ਚੀਜ਼ਾਂ ਸਮਝਦਾ। ਪਰ ਹਾਲੇ ਤੱਕ ਪੰਜਾਬ ਦੇ ਕਿਸਾਨਾਂ ਕੋਲ ਜੇ ਆਪਾਂ ਕਹੀਏ ਤਾਂ ਜ਼ਮੀਨਾਂ ਹੈ ਨਹੀਂ, ਫਿਲਹਾਲ ਇਹਨਾਂ ਨੂੰ ਵੇਚਣ ਦਾ ਚਾਅ ਚੜਿਆ ਹੋਇਆ ਕਿਉਂਕਿ ਜਿਹੜਾ ਰੇਟ ਹੈ ਰੇਟ ਉਹ ਕਰੋੜਾਂ ਦੇ ਵਿੱਚ ਗਿਆ ਹੋਇਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇੰਪੈਕਟ ਪਤਾ ਲੱਗ ਜੂਗਾ, ਬਥੇਰੇ ਲੋਕ ਹੁਣ ਅਮਨ ਜੀ ਅਵੇਅਰ ਵੀ ਜਿਹੜਾ ਹੈਗਾ ਹੋ ਰਹੇ ਨੇ। ਜੀ ਬਿਲਕੁਲ, ਤੇ ਦੋਸਤੋ ਇਹ ਸੀ ਸਾਡੀ ਡਿਸਕਸ਼ਨ ਪੰਜਾਬ ਦੇ ਮੁੱਦਿਆਂ ਬਾਰੇ, ਪੰਜਾਬ 'ਚ ਜੋ ਆ ਰਹੇ ਨੇ ਨਵੇਂ ਨਵੇਂ ਪ੍ਰੋਜੈਕਟ ਆ ਰਹੇ ਨੇ ਡਿਵੈਲਪਮੈਂਟ ਦੇ ਨਾਮ 'ਤੇ, ਅਤੇ ਕਹਿੰਦੇ ਨੇ ਵੀ ਸੂਬੇ ਦੀ ਤਰੱਕੀ ਕਰਾਈ ਜਾ ਰਹੀ ਹੈ, ਅਤੇ ਬਾਕੀ ਅਸੀਂ ਅਗਲਾ ਸਵਾਲ ਲੈ ਕੇ ਅਗਲੀ ਵੀਡੀਓ ਤੁਹਾਨੂੰ ਫੇਰ ਮਿਲਾਂਗੇ, ਹੁਣ ਦੇ ਲਈ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।